ਸਤਿਨਾਮ ਅਲੈਕੁਮ ਗੁੱਡ ਮਾਰਨਿੰਗ ਸੋਨਿਓ ਗੁੱਡ ਮਾਰਨਿੰਗ ਦੇਖ ਲਓ ਵਈ ਕਿੰਨੀ ਸੋਹਣੀ ਸੁਬਾਹ ਹੋਈ ਅੱਜ ਸੁਬਾਹ ਜਦ ਉੱਠਿਆ ਉਦੋਂ ਤੇ بارش ਸੀ ਪਰ ਉਸ ਤੋਂ ਬਾਅਦ ਹੁਣ بارش ਤੋਂ ਬਾਅਦ ਧੁੱਪ ਨਿਕਲ ਆਈਏ ਤੇ ਅੱਜ ਪੇਸ਼ੰਗੋਈ ਐ ਇਹ ਕਿ ਹਰ ਇੱਕ ਘੰਟੇ ਬਾਅਦ ਧੋਪੇ ਤੇ ਇੱਕ ਘੰਟੇ ਬਾਅਦ ਸੇ بارش ਇਸ ਤਰ੍ਹਾਂ ਸਿਲਸਿਲਾ ਚੱਲਦਾ ਰਹੇਗਾ ਪਰ ਉਹ ਘੰਟਾ ਆ ਗਿਆ ਵੇ ਕਿ ਜਿਹਦੇ ਵਿੱਚ ਧੁੱਪ ਨਿਕਲੀਏ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗੀ ਕਿ ਮੈਂ نیچے ਵੀ ਜਾ ਕੇ ਤੁਹਾਨੂੰ ਬਾਹਰ ਤੋਂ منظر ਦਿਖਾਵਾਂ ਬੜਾਈ ਸੋਹਣਾ ਲੱਗਦਾ ਏ ਧੁੱਪ ਜਦੋਂ ਹੁੰਦੀ ਏ ਨਾ ਤੇ ਸਾਰੀਆਂ ਨਿਖਰੀ ਨਿਖਰੀ ਹਰ ਸ਼ੈ ਨਜ਼ਰ ਆਂਦੀ ਏ ਉੱਪਰ ਆਈਆਂ ਅੱਜ ਮੈਂ ਉਸ ਕਮਰੇ ਦੀ ਤੇ ਮੈਂ ਬੈੱਡ ਸ਼ੀਟ ਵਗੈਰਾ ਧੋ ਕੇ ਚੇਂਜ ਕਰ ਦਿੱਤੇ ਸਨ ਤੇ ਮੈਂ ਵਿਛਾ ਦਿੱਤੇ ਸਾਰੀ ਜਾਲੇ ਵਾਲੇ ਉਤਾਰ ਦਿੱਤੇ ਤੇ ਅੱਜ ਹੁਣ ਇਸ ਕਮਰੇ ਦੀ ਵਾਰੀ ਏ ਤੇ ਇਹਦੀ ਹੁਣ ਮੈਂ ਬੈੱਡ ਸ਼ੀਟ اتارਣ ਵਾਸਤੇ ਆਈ ਆਂ ਤੇ ਬਾਕੀ ਇਹ ਸਾਰੀ ਚੀਜ਼ਾਂ ਉਤਾਰ ਕੇ ਧੋੜੀਆਂ ਨੇ ਕਿਉਂਕਿ ਇੰਨੇ ਮਹੀਨਿਆਂ ਤੋਂ ਘਰ ਬੰਦ ਹੈ ਨਾ ਤੇ ਫਿਰ ਸਾਰੀ ਚਾਦਰਾਂ ਮਦਰਾਂ ਅਸੀਂ ਧੋਵਾਂਗੇ ਲਾ ਕੇ ਤੇ ਇਸ ਮੈਂ ਹੁਣ ਉੱਪਰ ਆਈਆਂ ਬਾਹਰ ਨਿਕਲਾਂਗੀ ਤੇ ਤੁਹਾਨੂੰ ਜਦ ਤੱਕ ਮੈਂ ਜਾਣਾ نیچے ਹੋ ਸਕਦਾ ਵੀ ਕਿ ਇਹ ਧੁੱਪ ਖਤਮ ਹੋ ਜਾਵੇ ਤੇ ਲੋਭੀ ਤੁਸੀਂ ਇੱਥੋਂ ਹੀ منظر ਦੇਖ ਲਵੋ ਇਹ ਮੌਸਮ ਇਹ ਮਸਤ ਨਜ਼ਾਰੇ ਪਿਆਰ ਕਰੋ ਤੋਂ ਇਨਸੇ ਕਰੋ یہ موسم یہ مست نظارے پیار کرو تو ان سے کرو تے دیکھ لو بھائی دور تک جڑا ہے نا بہت خوبصورت دن چڑھیا تو روشنی ہوندی ہے نا سورج دی تے پھر بڑا ہی پیارا لگدا ہے سن لائٹ وچ اتنا حسین منظر لگدا ہوئے ਤੁਸੀਂ دیکھ لو بھائی دور تک دور پہاڑا تے شدت کیمرہ کیچ کریا کریم تھوڑا زوم کر کے دکھانی ہاں ਸਾਰੀ ਗ੍ਰੀਨਰੀ ਨਜ਼ਰ ਆ ਰਹੀ ਏ ਤੇ ਇਹ ਮੰਜ਼ਰ ਅੱਖਾਂ ਨੂੰ ਇੰਨਾ ਪਿਆਰਾ ਲੱਗਦਾ ਵੇ ਨਾ ਦੇਖ ਲਓ ਬਾਗ ਦਾ ਮੰਜ਼ਰ ਮੈਂ ਤੁਹਾਨੂੰ ਦਿਖਾ ਦਿੱਤਾ ਵੇ ਕਿੰਨਾ ਸੋਹਣਾ ਪਿਆ ਲੱਗਦਾ ਵੇ ਇੰਨਾ ਮੈਨੂੰ ਅੱਛਾ ਲੱਗਦਾ ਖਾਸ ਕਰਕੇ ਜੋ ਤੂਫਾਨ ਦੀ ਏ ਮੇਰੇ ਕੋਸ਼ਿਸ਼ ਐ ਸੀ ਕਿ ਮੈਂ ਕਾਫੀ देर نیچے ਇੰਤਜ਼ਾਰ ਕੀਤਾ कि मैं कैस तो निकल आवे ना 1 घंटे बाद मैं बाहर जाके टड़नल गल करा ਤੇ ਤੁਹਾਨੂੰ ਦਿਖਾਵਾਂ ਪਰ ਇਹ ਵੀ ਕੋਦੋਂ ਨਿਕਲੀ ਨਹੀਂ ਹੁਣ ਸੀੜੀ ਚੜ ਕੇ ਉੱਪਰ ਆਈਆਂ ਤੇ ਹੁਣ ਟੁੱਪ ਨਿਕਲ ਆਈਏ ਤੇ ਚਲੋ ਵੀ ਕੋਈ ਨਹੀਂ ਫਿਰ ਮੈਂ ਕਿਸੇ ਦਿਨ ਤੁਹਾਨੂੰ ਦਿਖਾ ਦਵਾਂਗੀ ਮੈਂ ਤੇ ਇੱਥੇ ਹੀ ਰਹਿਣਾ ਕਿਸੇ ਵੀ ਟਾਈਮ ਤੁਹਾਨੂੰ ਦਿਖਾ ਦਵਾਂਗੀ ਤੇ ਖਿੜਕੀ ਵੀ ਥੋੜੀ ਜਿਹੀ ਖੁੱਲੀ ਛੱਡ ਦਿੱਤੀ ਏ ਕਿ ਚਲੋ ਥੋੜੀ ਹਵਾ ਫਿਰ ਜਾਏ ਜਦ ਤੱਕ ਮੈਂ ਆਈਆਂ ਚਾਦਰਾਂ ਵਧਰਾ ਉਟਾਣੀਆਂ ਨੇ ਉਦੋਂ ਤੱਕ ਫਿਰ ਥੋੜੀ ਹਵਾ ਫਿਰ ਜਾਵੇ ਤੇ ਨਾਲ-ਨਾਲ ਸਾਡੀਆਂ ਸਫਾਈਆਂ ਚੱਲ ਰਹੀਆਂ ਏ ਤੁਸੀਂ ਫਿਰ ਗੁਲਾਬੀ ਦੁਪੱਟੇ ਦੇ ਨਾ ਜਾਇਓ ਬਈ ਬਿਲਕੁਲ ਨਾ ਜਾਇਓ ਮੈਨੂੰ ਗੁਲਾਬੀ ਦੁਪੱਟੇ ਨਾ ਧੋਖਾ ਨਾ ਖਾਈਓ ਤੁਸੀਂ ਕਹੋਗੇ ਬੜੀ ਸੰਵਰੀਏ ਘਰ ਚ ਬੈਠੀ ਰਹਿੰਦੀ ਏ ਤੇ ਬੜੀ ਕੋ ਮੈਡਮ ਟਾਈਪ ਦੀ ਇਹ ਚੀਜ਼ ਏ ਐਸਾ ਬਿਲਕੁਲ ਨਹੀਂ ਏ ਕਿ ਬਿਲਕੁਲ ਅਸੀਂ ਘਰ ਦੇ ਕੰਮ ਕਰਦੇ ਕਰਦੇ ਮੈਂ ਆਈ ਆ ਥੱਲੋਂ ਪੋਚੀਆਂ ਸੋਚੀਆਂ ਲਾਈਆਂ ਨੇ ਸਾਰੇ ਕੰਮ ਕਾਜ ਨਿਪਟਾਏ ਨੇ ਤੇ ਹੁਣ ਮੈਂ ਉੱਪਰ ਆਈ ਤੇ ਮੈਂ ਕਿਹਾ ਕਿ ਚਲੋ ਹੁਣ ਬੈੱਡ ਸ਼ੀਟ ਵਗੈਰਾ ਅੱਜ ਧੋਪੇ ਨਾ ਤੇ ਅਸੀਂ ਉਤਾਰ ਕੇ ਫਾਇਦਾ ਚੁੱਕੀ ਆ ਨਾ ਦਾ ਤੇ ਤੁਹਾਡੇ ਸਾਰਿਆਂ ਦੇ ਕਮੈਂਟ ਵੀ ਆਏ ਮੇਰੇ YouTube ਵੇੜਾ ਆਬਾਦ ਰੱਖੇ ਅੱਲਾ ਉਹਨੂੰ ਅੱਲਾ ਪਾਕ ਸਲਾਮਤੀ ਦੇਵੇ ਤੁਹਾਨੂੰ ਸਾਰਿਆਂ ਨੂੰ ਤੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਜਦੋਂ ਲਾਈਟ ਖੋਲ ਲੈਣੀ ਥੋੜੀ ਜਿਹੀ ਸ਼ਕਲ ਤੇ ਸਹੀ ਨਜ਼ਰ ਆਵੇ ਤੇ ਹੱਸਦੇ ਰਹੋ ਇਹ ਦੇਖੋ ਇਹ ਛੋਟਾ ਜਿਹਾ ਇਹ ਮੁਸਤਫਾ ਦਾ ਬੈਣ ਵਸਲੇ ਆਸੀ ਸੀ ਟਸੀ ਮੁਸਤਫਾ ਇਸ ਤੇ ਬੈਠਦਾ ਹੁੰਦਾ ਸੀ ਤੇ ਚਲੋ ਵੀ ਮੈਂ ਬੈ ਕੇ ਦੇਖਣੀ ਆ ਭਾਵੇਂ ਮੇਰੇ ਵਜ਼ਨ ਦੇ ਨਾਲ ਟੋਟੀ ਜਾਵੇ ਇਸ ਤਰ੍ਹਾਂ ਨਾ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਨੂੰ ਬੜਾ ਚੰਗਾ ਲੱਗਦਾ ਵੇ ਤੇ ਸ਼ਮਾ ਨੇ ਸ਼ਮਾ ਚੌਧਰੀ ਦਾ ਕਮੈਂਟ ਆਇਆ ਸ਼ਮਾ ਨੇ ਕਿਹਾ ਬਾਜੀ ਯਕੀਨ ਮੰਨੋ ਮੈਨੂੰ ਤਾਂ ਸ਼ਾਦੀਆਂ ਤੇ ਜਾਣ ਦਾ ਬੜਾ ਹੀ ਸ਼ੌਕ ਹੈ ਉਹਨਾਂ ਨੂੰ ਵੀ ਮੇਰੇ ਵਾਂਗਰ ਸ਼ਮਾ ਸਾਡੀ ਮੇਰੀ ਜੋੜੀ ਮਿਲ ਲਾਉਂਦਾ ਹਿੱਟ ਹੋ ਜਾਏਗੀ ਜੇ ਅਸੀਂ ਇਕੱਠੇ ਹੋ ਜਾਈਏ ਤੇ ਕਿਉਂਕਿ ਮੈਨੂੰ ਆਪ ਪੜਾ ਸ਼ੌਕ ਹੈ ਸ਼ਮਾ ਨੇ ਕਿਹਾ ਮੈਨੂੰ ਸ਼ਾਦੀਆਂ ਤੇ ਬੜਾ ਸ਼ੌਕ ਹੈ ਔਰ ਸਪੈਸ਼ਲੀ ਜਦੋਂ ਹਾਂ-ਧਾਂ ਦੀ ਸ਼ਾਦੀ ਆ ਜਾਂਦੀ ਹੈ ਬਈ ਫੇਰ ਤੇ ਬੱਲੇ-ਬੱਲੇ ਮੈਂ ਤਾਂ ਗੱਲ ਹੀ ਕਿਹਾ ਸੀ ਬੱਲੇ-ਬੱਲੇ ਹੋ ਜਾਂਦੀ ਹੈ ਕਿ ਖਾਨਦਾਨ ਦੀ ਸ਼ਾਦੀ ਐਸੀ ਹੁੰਦੀ ਹੈ ਕਿ ਤੁਸੀਂ ਫਰਦਰ ਫਰਦਰ ਬਾਜ਼ਫਾ ਹਰ ਇੱਕ ਨਾਲ ਮੁਲਾਕਾਤ ਨਹੀਂ ਕਰ ਸਕਦੇ ਹੋ ਸਾਲਾਂ ਬਾਅਦ ਤੁਹਾਨੂੰ ਰਿਸ਼ਤੇਦਾਰ ਦੋਸਤ ਅਹਿਬਾਬ ਸਾਰੇ ਮਿਲ ਜਾਂਦੇ ਨੇ ਇੱਕ ਜਗ੍ਹਾ ਤੇ ਕਿ ਫ ਬੜਾ ਚੰਗਾ ਲੱਗਦਾ ਵੇ ਗੱਪਸ਼ਪ ਹਸੀ ਮਜ਼ਾਕ ਨਾਸ਼ਤੇ ਕਰਨੇ ਖਾਣੇ ਖਾਣੇ ਸਾਡਾ ਹੁਲੀਆ ਦੇਖੋ ਜਿਹੜੇ ਸ਼ਾਦੀ ਖਾ ਕੇ ਆਏ ਆ ਉਦਨੇ ਚ ਹੋਇਆ ਵੇ ਤਬਾਈਆਂ ਮੱਛੀਆਂ ਨੇ ਪਿਓ ਬਸ ਖਾ ਲੋ ਹਾਲੋ ਗਏ ਜਾਂ ਇੰਨੇ ਅਸੀਂ ਉਥੇ ਮਜ਼ੇ ਕੀਤੇ ਮੈਂ ਰਾਤ ਨੂੰ ਆਪਣੀ ਸਿਸਟਰ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਉਹ ਸਾਰਾ ਪਾਕਿਸਤਾਨ ਦੇ ਵਿੱਚ ਦੇ ਨੀ ਯਾਦ ਆ ਰਹੇ ਨੇ ਕਿ ਜਦ ਅਸੀਂ देर ਨਾਲ ਉੱਠਨੇ ਸਾਂ ਨਾਸ਼ਤੇ ਔਰ ਬਾਜ਼ੇ ਨਾਲ ਪਰਾਠੇ ਤੇ ਸਾਗ ਕੀ ਕੁਛ ਅਸੀਂ ਉਸਨੇ ਖਾਦਾ ਤਾਂ ਬੜਾ ਪਾਕਿਸਤਾਨ ਟੂਰ ਹਮੇਸ਼ਾ ਅੱਛਾ ਰਹਿੰਦਾ ਹਮੇਸ਼ਾ ਲਈ ਯਾਦਗਾਰ ਹੋ ਜਾਂਦਾ ਵੇ ਤੇ ਇਸ ਤਰ੍ਹਾਂ ਸ਼ਾਦੀਆਂ ਪਿਆਵਾਂ ਸਾਰਿਆਂ ਨੂੰ ਚੰਗੀਆਂ ਲੱਗਦੀਆਂ ਨੇ ਚਮਾ ਇਹ ਜਦੋਂ ਅਸੀਂ ਆਪਣੇ ਮੁਲਕ ਤੋਂ ਦੂਰ ਹੁੰਨੇ ਆ ਨਾ ਤੇ ਫਿਰ ਉਹ ਸਾਨੂੰ ਉਹਦੀ ਹਰ ਚੀਜ਼ ਯਾਦ ਆਉਂਦੀ ਕਹਿੰਦੇ ਚੀਜ਼ ਜਦੋਂ ਤੁਹਾਡੇ ਕੋਲ ਹੁੰਦੀ ਹੈ ਨਾ ਉਦੋਂ ਉਹਦੀ ਕਦਰ ਨਹੀਂ ਹੁੰਦੀ ਥੋੜਾ ਤੁਸੀਂ ਦੂਰ ਚਲੇ ਜਾਂਦੇ ਹੋ ਨਾ ਅਸਲ ਕਦਰਾਂ ਤੇ ਉਦੋਂ ਆਂਦੀਆਂ ਨੇ ਤੇ ਬਹਰਾਲ ਚਲੋ ਅੱਲਾ ਸਲਾਮਤੀ ਦੇਵੇ ਸਾਰਿਆਂ ਨੂੰ ਤੇ ਅਸੀਂ ਆਂਦੇ ਜਾਂਦੇ ਰਹੀਏ ਮਿਲਦੇ ਰਹੀਏ ਸਾਰਿਆਂ ਨਾਲ ਤੇ ਇਸ ਤਰ੍ਹਾਂ ਵਿਆਹ ਖਾਂਦੇ ਰਹੀਏ ਤੇ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਬਈ ਤੁਸੀਂ ਤਾਂ ਬਈ ਬੜ ਬਸਰ ਪਕਾ ਲਏ ਨੇ ਤੇ ਬੜੇ ਚੰਗੇ ਵਾਨਾ ਬੜੀ ਵਧੀਆ ਪੱਕੇ ਸਨ ਮੈਂ ਰੱਜ ਕੇ ਖਾਦੇ ਕੱਲ ਸੇ ਦਾਲ ਚੌਲ ਰੋਟੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਮਾਸ ਦੀ ਦਾਲ ਦੀ ਕਰੀ ਬਣਾਈ ਏ ਤੇ ਨਾਲ ਅਸੀਂ ਫਿਸ਼ ਫਰਾਈ ਕੀਤੀ ਹੋਏ 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 ਉਹਨਾਂ ਨੇ ਕਿਹਾ ਮੈਂ ਟਟੜ ਤੇ ਤਸਵੀਰ ਵੀ ਲਈ ਸੀ ਬਹੁਤ ਜ਼ਬਰਦਸਤ ਉਹਨਾਂ ਨੇ ਕਿਹਾ ਕਿ ਫਿਸ਼ ਆਪੀ ਕੰਬੀਨੇਸ਼ਨ ਕੀਤਾ ਮਾਸ ਦੀ ਦਾਲ ਦੇ ਨਾਲ ਫਿਸ਼ ਤੇ ਬਈ ਜ਼ਬਰਦਸਤ ਤੇ ਉਹ ਕੀ ਕਹਿੰਦੇ ਨੇ ਸ਼ਬੀਰ ਸਾਹਿਬ سامنے ਤੋਂ ਐ ਦੱਸਣਾ ਕਿ ਅੱਜਕੱਲ ਮੈਂ ਟਵਿੱਟਰ ਤੇ ਬਿਲਕੁਲ ਨਹੀਂ ਜਾ ਰਹੀ ਜਾ ਹੀ ਨਹੀਂ ਰਹੀ ਕਿੰਨੇ ਦਿਨ ਹੋ ਗਏ ਨੇ ਬਸ ਸਮਝ ਤਕਰੀਬਨ ਛਾੜ ਦੇ ਦਿੱਤਾ ਵੇ ਤੇ ਮੈਨੂੰ ਬਿਲਕੁਲ ਟਵਿੱਟਰ ਦੀ ਕੋਈ ਖਬਰ ਨਹੀਂ ਹੈ ਤੇ ਤੁਸੀਂ ਮਗਰ ਮੈਂ ਹੁੰਦੀ ਨਾ ਤੇ ਮੈਂ ਜ਼ਰੂਰ ਦੇਖਦੀ ਤੇ ਬਹਿਰਾ ਲੈ ਵੇ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਹਾਫਜ਼ੀਆਂ ਵਿੱਚ ਕਿ ਜਦੋਂ ਸਾਡੀ ਸ਼ਾਦੀਆਂ ਹੁੰਦੀਆਂ ਸਨ ਬਚਪਨ ਚ ਅਸੀਂ ਜਾਂਦੇ ਸੌਤ ਮੇਰੀ ਨਾਨੀ ਸ਼ਾਦੀਆਂ ਚ ਗਿੱੱਦਾ ਪਾਉਂਦੇ ਹੁੰਦੇ ਸਨ ਤੇ ਉਹਨਾਂ ਨੇ ਗਿੱੱਦਾ ਵੀ ਪਾਣਾ ਤੇ وہ جڑے ٹپے گا گدھے تو سارے اپنی چیزاں کرتے ہوتے سن تو پہلے زمانے ہی ہندہ سی کیونکہ عورتیں گھروں میں خوشی کا اظہار تے ضرور کیتا جاندہ ہے کہ بھئی چلو گھر چانے گا لو ٹپے گا لو منع نہیں ممانیت نہیں ہے کہ نبی پاک صلی اللہ علیہ وآلہ وسلم بھی ایک دفعہ تشریف لے کے آئے ਤੇ ਬੱਚੀਆਂ ਕੁਝ ਗਾਣਾ ਵਾਣਾ ਗਾ ਰਹੀਆਂ ਸਨ ਬੈਠੀਆਂ ਸਨ ਤੇ ਇਸ ਤਰ੍ਹਾਂ ਜਿਵੇਂ ਥੋੜਾ ਜਿਹਾ ਕਰਦੀਆਂ ਨਾ ਬੱਚੀਆਂ ਤੇ ਉਹ ਫਿਰ Hazrat Umar ne ਉਹਨਾਂ ਨੂੰ ਮਨਾ ਕਰਨਾ ਚਾਹਿਆ ਤੇ ਨਬੀ پاک صلی اللہ علیہ والہ وسلم ਨੇ ਕਿਹਾ ਕਿ ਨਹੀਂ ਉਮਰ ਇਹਨਾਂ ਨੂੰ ਕਰਨ ਦਿਓ ਥੋੜਾ ਜਿਹਾ ਬੱਚੀਆਂ ਨੇ ਆਪਣਾ ਕਰ ਰਹੀਆਂ ਨੇ ਕਿ ਉਹ ਇਸ ਤਰ੍ਹਾਂ ਬਿਲਕੁਲ ਮਦਾਈ ਨਹੀਂ ਹੈ ਲੇਕਿਨ ਅੱਜ ਕੱਲ ਜਿਸ ਤਰ੍ਹਾਂ ਦਾ ਹੋ ਗਿਆ ਹੈ ਚੀਜ਼ਾਂ ਉਹ ਫੈਲਦੀਆਂ ਜਾ ਰਹੀਆਂ ਪਾਕੀ ਘਰ ਵਿੱਚ ਬੱਚੀਆਂ ਹੱਸੀ ਮਜ਼ਾਕ ਕਰਨ ਕੋ ਟੱਪੇ ਛੱਪੇ ਔਰਤਾਂ ਗਾਲ ਲੰਦੀਆਂ ਸਨ ਔਰ ਇੱਕ ਉਹਨੂੰ ਪਤਾ ਨਹੀਂ ਕੀ ਕਹਿੰਦੇ ਸਰ ਮੈਨੂੰ ਯਾਦ ਨਹੀਂ ਮੈਂ ਇੱਕ ਦੋ ਸ਼ਾਦੀਆਂ ਤੇ ਪੰਜਾਬੀ ਦੇਖਿਆ ਕਿ ਉਹ ਇੱਕ ਬੋਲੀਆਂ ਬੋਲਦੇ ਸਨ ਸ਼ਬੀਰ ਸਾਹਿਬ ਨੇ ਕਿਹਾ ਮੈਂ ਨਾਨੀ ਵੀ ਬੋਲੀਆਂ ਬੋਲਦੇ ਸਨ ਤੇ ਉਹ ਬੋਲੀਆਂ ਬੋਲਦੇ ਬੋਲਦੇ ਫਿਰ ਇੱਕ ਦੇਜ ਕੀ ਫੜ ਲਈ ਜਾਂਦੀ ਸੀ ਕੋਈ ਵੀ ਘਰ ਦਾ ਬਰਤਨ ਨਾ ਉਹ ਫਿਰ ਛੁੱਟ ਛੁੱਟ ਕੇ ਫਿਰ ਨਾਲ ਇੱਕ ਜਣੀ ਛੁੱਟਦੀ ਸੀ ਦੂਜੀ ਫਿਰ ਬੋਲੀਆਂ ਪਰ ਨਾਲ ਲੱਗਉਂਦੀਆਂ ਸਨ ਓਏ ਹੋਏ ਹੋਏ ਬੜਾ ਮਜ਼ਾ ਆਂਦਾ ਸੀ ਉਹ ਮੈਨੂੰ ਅਲਫਾਸ ਤੇ ਮੈਨੂੰ ਸਮਝ ਨਹੀਂ ਆਉਂਦੇ ਸਨ ਤੇਜ਼ੀ ਤੇਜ਼ੀ ਨਾਲ ਬੋਲਦੀਆਂ ਸਨ ਔਰ ਤਾਂ ਲੇਕਿ ਮਜ਼ਾ ਦੇਖਣ ਚ ਬਈ ਬੜੀ ਐਂਟਰਟੇਨਮੈਂਟ ਹੋ ਜਾਂਦੀ ਸੀ ਕਿ ਤੁਸੀਂ ਇੱਕ ਫ੍ਰੀ ਹੋ ਜਾਂਦੀ ਸੀ ਕਿ ਖੇਲ ਜਾਂਦਾ ਸੀ ਬੰਦਾ ਹਰ ਬੰਦਾ ਹਰ ਜੀ ਬੈਠ ਕੇ ਬੱਚਿਆਂ ਨੇ ਰੌਣਕ ਲਾ ਲੈਣੀ ਤੇ ਚਲੋ ਜੀ ਮਜ਼ਾ ਆ ਜਾਣਾ ਸ਼ਾਦੀ ਦੇ ਫੰਕਸ਼ਨੇ ਉਹ ਮਜ਼ਾ ਆ ਜਾਂਦਾ ਹੁੰਦਾ ਸੀ ਹੁਣ ਹਰ ਚੀਜ਼ ਚ ਤੁਸੀਂ ਸਹੀ ਕਿਹਾ ਕਿ ਮਸਲੂਈਪਨ ਫਿਲਮੀਪਨ ਆ ਗਿਆ ਹੁਣ ਤੇ ਫਿਲਮੀ ਸਟਾਈਲ ਦੀਆਂ ਸ਼ਾਦੀਆਂ ਹੋ ਰਹੀਆਂ ਨੇ ਹੁਣ ਅਸਲੀਅਤ ਤੋਂ ਅਸੀਂ ਬਹੁਤ ਦੂਰ ਚਲੇ ਗਏ ਆ ਕਿ ਜੋ ਸਾਦਗੀ ਵਿੱਚ ਸੀ ਨਾ ਕਿ ਲੋਕ ਬੈਠਦੇ ਸਨ ਗੱਪ-ਸ਼ਪ ਕਰ ਰਹੇ ਕਿਸੇ ਨੂੰ ਮਤਲਬ ਮੇਕਅਪ ਸ਼ੇਕਅਪ ਦੀ ਜ਼ਰੂਰਤ ਨਹੀਂ ਹੁੰਦੀ ਸੀ ਕਿਸੇ ਨੂੰ ਕੱਪੜਿਆਂ ਦਾ ਹੈਅਰ ਸਟਾਈਲ ਕੱਪੜੇ ਜੁੱਤੀ ਫਿਕਰ ਹੀ ਨਹੀਂ ਹੁੰਦੀ ਸੀ ਬਸ ਬੈਠੇ ਆ ਜੀ ਗੱਪਾ-ਸ਼ੱਪਾ ਮਾਰਨੇ ਪਏ ਆ ਤੇ ਬਈ ਠੀਕ ਹੈ ਉਹ ਉਹ ਦੌਰ ਖਤਮ ਹੋ ਗਿਆ ਔਰ ਹਾਲੀ ਸਮਾਨੇ ਚੱਡੇ ਚਲੇ ਗਏ ਹੁਣ ਮਸਲੂਈ ਦੌਰ ਹੈ ਨਾ ਹਰ ਬੰਦਾ ਮਸਲੂਈ ਬਣ ਕੇ ਜ਼ਿੰਦਾ ਰਹਿਣਾ ਚਾਹੁੰਦਾ ਵੀ ਯੋ ਨਕਲੀ ਪਲਕਾਂ ਲਾ ਲਓ ਇਹ ਲਾ ਲਓ ਉਹ ਲਾ ਲਓ ਤੇ ਵਈ ਚਲੋ ਨਕਲੀ ਨਕਲੀ ਬਣ ਕੇ ਤੁਸੀਂ ਬੈਠ ਜਾਓ ਅਸਲੀਅਤ ਖਤਮ ਹੋ ਗਈ ਇਹ ਹੁਣ ਮਹਿਰਾ ਜੀ ਦੇ ਰਹਿਣ ਸਾਰੇ ਆਪਣੇ ਸ਼ੌਕ ਵੀ ਜਿਹੜੀ ਬੱਚੀਆਂ ਕਰਦੀਆਂ ਨੇ ਪੂਰੀਆਂ ਕਰਦੇ ਰਹਿਣ ਉਹ ਜ਼ੁਬਾਨੇ ਦੇ ਹਿਸਾਬ ਨਾਲ ਉਹਨਾਂ ਨੇ ਵੀ ਚੱਲਣਾ ਵੀ ਲੇਕਿਨ ਮੈਂ ਉਸ ਜ਼ੁਬਾਨੇ ਦੇ ਹਿਸਾਬ ਦੇ ਨਾਲ ਗੱਲ ਕਰ ਰਹੀ ਆਂ ਕਿ ਲਾਜ਼ਮੀ ਜੀ ਕਾਲੇ ਕੋਈ ਵੀ ਜੋ ਅੱਜ ਕੱਲ੍ਹ ਅਗਰ ਕੋਈ ਫੈਸ਼ਨ ਬੱਚੀਆਂ ਕਰਦੀਆਂ ਨੇ ਕੁਝ ਕਰਦੀਆਂ ਨੇ ਤੇ ਉਹ ਸਾਰੇ ਜ਼ਮਾਨੇ ਦੀ ਜ਼ਰੂਰਤ ਹੈ ਕਹਿੰਦੇ ਨੇ ਜ਼ਮਾਨੇ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ ਖਾਓ ਮਨ ਭਾਤਾ ਪਹਿਨੋ ਜਗ ਭਾਤਾ ਉਹ ਕਹਿੰਦੇ ਤੁਸੀਂ ਖਾਓ ਜਿਹੜਾ ਤੁਹਾਡੀ ਮਰਜ਼ੀ ਹੈ ਢਿੱਡ ਵਿੱਚ ਕਿਸੇ ਨੂੰ ਨਹੀਂ ਦੇਖਣਾ ਕਿ ਤੁਹਾਡੇ ਢਿੱਡ ਵਿੱਚ ਕੀ ਪਾਇਆ ਤੁਸੀਂ ਉਹ ਨਜ਼ਰ ਨਹੀਂ ਆਣਾ ਉਹ ਤੁਹਾਡੀ ਮਰਜ਼ੀ ਹੈ ਜੋ ਖਾ ਲੋ ਲੇਕਿਨ ਤੁਸੀਂ ਪਹਨਦੇ ਹੋਰ ਦਿਓ ਕਰਦੇ ਹੋ ਉਹ ਚੀਜ਼ ਸਭ ਨੂੰ ਨਜ਼ਰ ਆਂਦੀ ਏ ਇਸ ਤਰ੍ਹਾਂ ਵੀ ਕਿ ਫਿਰ ਜ਼ਮਾਨੇ ਦੇ ਹਿਸਾਬ ਨਾਲ ਤੇ ਚੱਲਣਾ ਹੀ ਪੈਂਦਾ ਵੇ ਤੇ ਚਲੋ ਠੀਕ ਏ ਜੀ ਮੈਂ ਬੜੀ ਖੁਸ਼ ਹੁੰਨੀ ਆ ਬੱਚੀਆਂ ਸਜਦੀਆਂ ਸਵਰਦੀਆਂ ਤਿਆਰ ਹੁੰਦੀਆਂ ਨੇ ਤੇ ਅਸੀਂ ਬੜੇ ਖੁਸ਼ ਹੁੰਨੇ ਆ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਨੇ ਸ਼ੀਲ ਨੇ ਕਿਹਾ ਹਾਂ ਹਾਂ ਸ਼ੀਲ ਨੇ ਬੜੀ ਐਕਟਿੰਗ ਦੀ ਬੜੀ ਤਾਰੀਫ ਕਰ ਦਿੱਤੀ ਸ਼ੀਲ ਨੇ ਕਿਹਾ ਬਾਜੀ ਤੁਹਾਡੀ ਜਿਹੜੀ ਐਕਟਿੰਗ ਸੀ ਨਾ ਉਹ ਤੁਸੀਂ ਉਹ ਜਿਹੜੀ ਮਹਿਮਾਨਾਂ ਵਾਲੀ ਐਕਟਿੰਗ ਕੀਤੀ ਉਹ ਜ਼ਬਰਦਸਤ ਤੇ ਵੀ ਸ਼ੀਲ ਇਦ ਦੱਸੋ ਕਿ ਆਸਕਰ ਵਗੈਰਾ ਮਿਲ ਜਾਏਗਾ ਮੈਨੂੰ ਕਿ ਨਹੀਂ ਤੁਸੀਂ ਕਿ ਤੁਸੀਂ ਮੇਰੀ ਕੋ ਸਫਾਰਸ਼ ਕਰ ਦਿਓ ਕਿ ਆਸਕਰ ਰਿਵਾਰਡ ਮਿਲ ਜਾਵੇ ਮੈਨੂੰ ਜਾਂ ਕੋਈ YouTube ਦੀ ਕੋਈ ਸ਼ੀਲਡ ਸ਼ੂਲ ਮਿਲ ਜਾਏ ਸੈਕਟਿੰਗ ਤੇ ਤਾਂ ਬੜੀ ਚੰਗੀ ਗੱਲ ਏ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੀਲ ਤੁਸੀਂ ਵੀ ਆਪਣੇ ਹੋਈ ਕਿਹਾ ਕਿ ਬਾਜੀ ਜੀ ਹੁਣ ਜਿਹੜਾ ਨਾ ਵਾਕਈ ਤੁਸੀਂ ਸਹੀ ਦੱਸਿਆ ਕਿ ਪਿਆਰ ਨਹੀਂ ਲੈਂਦੇ ਸਾਡੀ ਕਿੰਨੀ ਅੱਛੀ ਰਸਮ ਸੀ ਨਾ ਕਿ ਬਜ਼ੁਰਗਾਂ ਦੇ ਅੱਗੇ ਸਿਰ ਕਰਨਾ ਤੇ ਉਹਨਾਂ ਨੂੰ ਪਿਆਰ ਲੈਣਾ ਹੋਰ ਕੋਈ ਕੋਸ਼ਿਸ਼ ਨਹੀਂ ਕਰਦਾ ਇਹ ਚੀਜ਼ਾਂ ਜਦੋਂ ਖਤਮ ਹੁੰਦੀਆਂ ਨਾ ਆਪਣੀਆਂ ਚੀਜ਼ਾਂ ਫਿਰ ਥੋੜਾ ਫੀਲ ਹੁੰਦਾ ਸਾਨੂੰ ਬਾਕੀ ਤੇ ਸਾਰੇ ਜ਼ਮਾਨੇ ਦੇ ਹਿਸਾਬ ਨਾਲ ਚੱਲਣਾ ਹੈ ਲੇਕਿਨ ਇਹ ਰਵਾਇਤਾਂ ਇਹ ਚੀਜ਼ਾਂ ਛੋਟੀਆਂ ਛੋਟੀਆਂ ਜ਼ਿੰਦਾ ਰਹਿਣਾ ਚਾਹੀਦੀਆਂ ਰਹਿਣੀਆਂ ਚਾਹੀਦੀਆਂ ਨੇ ਤਸ਼ੀਲ ਨੇ ਬਈ ਮੌਸਮ ਦੀ ਬੜੀ ਤਾਰੀਫ ਕੀਤੀ ਕਿ ਬਈ ਬੜਾ ਜ਼ਬਰਦਸਤ ਬੌਸਮ ਹੈ ਐਸੇ ਮੌਸਮ ਮੇ ਚੁੱਪ ਕਿਉਂ ਹੋ ਕਾਨੋਂ ਮੇ ਰਸ ਘੁਲੋ ਹੋਟ ਗੜ ਖਾਮੋਸ਼ ਹੈ ਸੱਜਣਾ ਅੱਖੋਂ ਹੀ ਸੇ ਬੋਲ ਐਸੇ ਮੌਸਮ ਵਿੱਚ ਚੁੱਪ ਕਿਉਂ ਹੋ ਤੇ ਲੋ ਵੀ ਕੰਨਾਚ ਰਸ ਖੋਲੋ ਤੇ ਅਸੀਂ ਕੀ ਕਹਿੰਦੇ ਹੁਣ ਮੈਂ ਉੱਠਣ ਦੀ ਕੋਸ਼ਿਸ਼ ਕਰਨੀ ਆ ਜਿਵੇਂਰੇ ਗੋਡੇ ਨੇ ਮੇਰਾ ਸਾਥ ਦਿੱਤਾ ਤੇ ਤੇ ਅੱਗੇ ਕਹਿੰਦੇ ਇਸ ਤਰ੍ਹਾਂ ਚੱਲਦੇ ਰਹਿੰਦੇ ਮੇਰੇ ਬਚਪਨ ਦੇ ਹਵਾਲੇ ਦੇ ਨਾਲ ਅੱਜ ਮੈਂ ਸਫਾਈਆਂ ਕਰ ਰਹੀਆਂ ਨਾ ਉੱਪਰ ਬੈਗ ਸ਼ੈਗ ਵੀ ਖੋਲੇ ਨੇ ਹਲੇ ਮੈਂ ਤੁਹਾਨੂੰ ਆਪਣੇ ਬੈਗ ਵਾਲਾ ਜਿਹਾ ਕਮਰਾ ਦਿਖਾਇਆ ਨੇ ਮਾਨਾ ਤੁਸੀਂ ਤਾਂ बेहोश ਹੋ ਜਾਣਾ ਵੇ ਤੁਸੀਂ ਕਹਿੰਦਾ ਹੈ ਇੰਨੀ ਗੰਦੀ ਕਚੱਜੀ ਐਡੀ ਕਚੱਜੀ ਐ ਤੇ ਲੇਕਿਨ ਹਲੇ ਮੈਂ ਉਸ ਪਾਸੇ ਹੋਈ ਨਹੀਂ ਆ ਬੈਗ ਖਿਲਰੇ ਪਏ ਨੇ ਪਰ ਐਵੇਂ ਕੋਈ ਗੱਲ ਨਹੀਂ ਕਿ ਮੈਂ ਇਸ ਬੈਗ ਚ ਕੋਈ ਚੀਜ਼ ਕਢਣ ਵਾਸਤੇ ਆਈ ਤੇ ਮੈਨੂੰ ਇੱਕ ਚੀਜ਼ ਮਿਲ ਗਈ ਬਚਪਨ ਦੀ ਹਸੀਨ ਯਾਦਗਾਰ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਮੈਂ ਇਸ ਵਾਰ ਜਦੋਂ ਅਸੀਂ ਲਾਹੌਰ ਗਏ ਆ ਤੇ ਲਾਹੌਰ ਅੰਦਰੂਨ ਲਾਹੌਰ ਅਸੀਂ ਗਏ ਸ਼ਮਨ ਵੀ ਦੇਖਿਆ ਕਿ ਮੈਂ ਅੰਦਰੂਨ ਲਾਹੌਰ ਦੀ ਵੀਡੀਓ ਦੇਖੀ ਤੇ ਮੈਂ ਉਹਨਾਂ ਗਲੀਆਂ 'ਚ ਚਲੀ ਗਈ ਤੇ ਉੱਥੇ ਸੈਰਾਂ ਕਰਨ ਲੱਗ ਗਈ ਤੇ ਮੈਨੂੰ ਲੱਗਿਆ ਮੈਂ ਉੱਥੇ ਹੀ ਪੇਰਨੀ ਆ ਤੇ ਵਾਕਈ ਉਹ ਅੰਦਰੂਨ ਲਾਹੌਰ ਬਹੁਤ ਜ਼ਬਰਦਸਤ ਲਾਹੌਰ ਸਾਨੂੰ ਪੂਰਾ ਹੀ ਬਹੁਤ ਪਸੰਦ ਆਇਆ ਲੇਕਿਨ ਫਸਟ ਟਾਈਮ ਇਸ ਤਰ੍ਹਾਂ ਹੋਇਆ ਕਿ ਅਸੀਂ ਅੰਦਰੂਨ ਲਾਹੌਰ ਵੀ ਗਏ ਤੇ ਉੱਥੇ ਘੁੰਮੇ ਫਿਰੇ ਤੇ ਉੱਥੇ ਫਿਰ ਬਾਂਸਰੀ ਵੀ ਵੱਜਦੀ ਦੇਖੀ ਤੇ ਸਭ ਤੋਂ ਚੰਗਾ ਜਿਹੜਾ ਮੈਨੂੰ ਚੀਜ਼ ਉੱਥੇ ਲੱਗੀ ਨਾ ਇਹ ਜੀ ਐਸੀ ਉਤਖਰੀਦੀਆ ਮੇਰੇ ਕੋਲ ਕੁਝ ਟੁਕੜਾ ਤੋੜੇ ਆ ਵੀਏ ਤੇ ਅਸੀਂ ਉਥੇ ਸੱਕ ਵੇਚਦਾ ਪਏ ਸੀ ਪਾਈਸਾਈਕਲ ਤੇ ਉਹ ਲੋਅ ਨੇਅਰ ਸੇਵਾ ਨੂੰ ਨਜ਼ਰ ਆਇਆ ਸੱਕ ਤੇ ਅਸੀਂ ਉਹਦੇ ਕੋਲ ਲਿਆ ਮੇਰੀ ਚੋਟੀ ਸਿਸਟਰ ਜਿਹੜੇ ਅਮਰੀਕਾ ਰਹਿੰਦੇ ਨੇ ਉਹਨਾਂ ਨੇ ਵੀ ਲਿਆ ਅਸੀਂ ਦੋਨਾਂ ਪਹਿਣਾਨੇ ਫੇ ਲਿਆ ਉਹਨਾਂ ਨੇ ਆਪਣਾ ਲਿਆ ਵੀ ਆਪਣਾ ਲਿਆ ਅਸੀਂ ਕੇ ਕਹਿੰਦੇ ਨੇ ਉਹਦੇ ਕੋਲੋਂ ਸੱਕ ਲਿਆ ਤੇ ਉਹ ਕੇ ਕਹਿੰਦੇ ਨੇ ਸੱਕ ਬਚਪਨ ਦੀ ਹਸੀਨ ਯਾਦ ਸਾਡੀ ਕਿ ਬਚਪਨ ਵਿੱਚ ਐ ਸੱਕ ਜਿਹੜਾ ਸੀ ਮੱਲੇ ਹੁੰਦੇ ਸਾਰੇ ਯਕੀਨ ਮੰਨੋ ਐਸਾ-ਐਸਾ ਕਰਕਰ ਐਸਾ-ਐਸਾ ਕਰਕਰ ਹਾ 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 ਹੋਏ ਹੋਏ ਬਈ ਗੱਲ ਹੀ ਛੱਡ ਦਵੋ ਤੁਸੀਂ ਕਿ ਇੰਨਾ ਸੱਕ ਮਲਿਆ ਇੰਨਾ ਸੱਕ ਮਲਿਆ ਉਸ ਜ਼ਮਾਨੇ ਵਿੱਚ ਦੰਦਾ ਵਾਸਤੇ ਸੱਕ ਜਣਾਵੇ ਬੜਾ ਜ਼ਬਰਦਸਤ ਕਹਿਲਾਦਾ ਸੀ ਵੀ ਸੱਕ ਮੰਲੋ ਸਪੈਸ਼ਲੀ ਕਿਹਾ ਜਾਂਦਾ ਸੀ ਔਰ ਸਾਨੂੰ ਬੜਾ ਸ਼ੌਕ ਵੀ ਹੁੰਦਾ ਸੀ ਸਾਡੇ ਬੜੇ ਕਹਿੰਦੇ ਹੁੰਦੇ ਸਨ ਉਸ ਜ਼ਮਾਨੇ ਵਿੱਚ ਸਾਰੇ ਹੀ ਲੋਕ ਇਸਾ ਕੇ ਤੁਸੀਂ ਗੰਨਾ ਚੁੱਪੋ ਗੰਨਾ ਚੂਪਣ ਨਾਲ ਦੰਦ ਜਿਹੜੇ ਨੇ ਬੜੇ ਸਹੀ ਹੁੰਦੇ ਨੇ ਮਜ਼ਬੂਤ ਹੁੰਦੇ ਨੇ ਉਹਨਾਂ 'ਚ ਮਜ਼ਬੂਤੀ ਆਂਦੀ ਹੈ ਮੱਕੀ ਦੇ ਦਾਣੇ ਚੱਬੋ ਜ਼ੋਰ ਜ਼ੋਰ ਦੀ ਚਿਚਿਚ ਕੇ ਖਾਓ ਉਸ ਜ਼ਮਾਨੇ 'ਚ ਹੁੰਦੀ ਐ ਸਨ ਹੋਰ ਕੀ ਕਰਨਾ ਸੀ ਕਿਸੇ ਨੇ ਪਰ ਐਵੇਂ ਕਿ ਗੰਨਾ ਮੱਕੀ ਦੇ ਦਾਣੇ ਛੱਲੀ ਅਮ ਐਸੇ ਚੀਜ਼ਾਂ ਜੜੀਆਂ ਨੇ ਸਖਤ ਅਖਾਂਦੇ ਸਨ ਕਿ ਦੰਦਾਂ ਵਾਸਤੇ ਬਹੁਤ ਚੰਗੀਆਂ ਨੇ ਇਹ ਚੀਜ਼ਾਂ ਐ ਖਾਓ ਤੇ ਬਾਕੀ ਨਾਲ ਉਹਦੀ ਸਫਾਈ ਦੇ ਲਈ ਮਿਸਵਾਕ ਵੀ ਹੁੰਦੀ ਸੀ ਤੇ ਸੱਕ ਕੁੜੀਆਂ ਸੱਕ ਬੜੇ ਸ਼ੌਕ ਨਾਲ ਮਲਦੀਆਂ ਹੁੰਦੀਆਂ ਸਨ ਔਰ ਇੰਨਾ ਸ਼ੌਕ ਹੁੰਦਾ ਸੀ ਸੱਕ ਮਲਣ ਦਾ ਤਵਾ ਵੀ ਇਸ ਤਰ੍ਹਾਂ ਸਾਂ ਕਰਕੇ ਮਲ ਮਲ ਕੇ ਮੈਂ ਪਾਗਲ ਹੋ ਜਾਨੀ ਸਮੇ ਕਮਲੀ ਹੋ ਜਾਨੀ ਝਾ ਇੰਨਾ ਸੀ ਸੱਕ ਮਲਨੇ ਸਮੇ ਆਪਣੀ ਕਜ਼ਨ ਦਾ ਜਿਹੜਾ ਜ਼ਿਕਰ ਕੀਤਾ ਜਮੀਲਾ ਦਾ ਜਿਹੜੀ ਢੋਲਕੀ ਵੀ ਬੜੀ ਚੰਗੀ ਵਜਾਉਂਦੀ ਸੀ ਉਹਨੂੰ ਸੰ ਦੋਨਾਂ ਨੂੰ ਸੱਕ ਦਾ ਬੜਾ ਸ਼ੌਕ ਸੀ ਅਸੀਂ ਬਜ਼ਾਰੋਂ ਲੈ ਕੇ ਆਣਾ ਤੇ ਉਹ ਤੋਂ ਫਿਰ ਉਹ ਉਹਦੋਂ ਕੋਈ ਐ ਨਹੀਂ ਹੁੰਦਾ ਸੀ ਕਿ ਉਹਦੇ ਮੂੰਹ ਤੇ ਜਰਾ ਸੀਮ ਤੇ ਮੇਰੇ ਮੂੰਹ ਤੇ ਜਰਾ ਸੀਮ ਤੇ ਉਹਦੇ ਥੋੜਾ ਜਿਹਾ ਉਹਨੇ ਮਲ ਲੈਣਾ ਫਿਰ ਮੈਨੂੰ ਟੁਕੜਾ ਫੜਾ ਦੇਣਾ ਫਿਰ ਮੈਂ ਮਲ ਲੈਣਾ ਫਿਰ ਉਹਨੂੰ ਫੜਾ ਦੇਣਾ ਅੱਲਾਉ ਕੈਸੇ ਜ਼ਮਾਨੇ ਸਨ ਸਾਨੂੰ ਕੁਝ ਵੀ ਨਹੀਂ ਹੁੰਦਾ ਸੀ ਅਸੀਂ ਇੰਨੀਆ ਮਤਲਬ ਉਹ ਕਰਦੇ ਹੁੰਨੇ ਸੀ ਲੇਕਿਨ ਸੱਤ ਮਲ ਲੈ ਜ਼ਰੂਰ ਸਭ ਮੈਨੂੰ ਸੱਤ ਇੰਨਾ ਪਸੰਦ ਇਹ ਇੰਨਾ ਬਚਪਨ ਚ ਮਲਿਆ ਇੰਨਾ ਮਲਿਆ ਨਾ ਕਿ ਗੱਲ ਛੱਡ ਦੋ ਫਿਰ ਜਾ ਜਾ ਕੇ ਨਾ ਐਸਾ ਸਭ ਮਲ ਮਾਰ ਕੇ ਬੋਲ ਹੋ ਜਾਂਦੇ ਸੰਜ ਰੰਗ ਵਾਲੇ ਤੇ ਉਹ ਫਿਰ ਜਾ ਜਾ ਕੇ ਸ਼ੀਸ਼ੇ ਚ ਦੇਖਣਾ ਸੁਰਖੀ ਅਸੀਂ ਲਾ ਨਹੀਂ ਸਕਨੇ ਸਾ ਅਸ਼ੀਲ ਨੇ ਕਿਹਾ ਕਿ ਬਾਜੀ ਦੇ ਕੇਸੇ ਬੜੇ ਚੰਗੇ ਲੱਗਦੇ ਨੇ ਤੇ ਉਹ ਬਾਜੀ ਹੁਣ ਕੀ ਕਰੇ ਜੋ ਬਾਜੀ ਤੇ ਬੀਤੀਆਂ ਨੇ ਬਾਜੀ ਨੇ ਉਹੀ ਸੁਰਾਨੀਆਂ ਨੇ ਨਾ ਤੇ ਉਹ ਸੁਰਖੀ ਸਾਡੇ ਕੋਲ ਹੁੰਦੀ ਨਹੀਂ ਸੀ ਸਾਡੇ ਕੋਲ ਇੱਕ ਬਾਹਰੀ ਦਾ ਹਥਿਆਰ ਜਿਹੜਾ ਹੁੰਦਾ ਸੀ ਨਾ ਖੂਬਸੂਰਤੀ ਹੁਬਲਾ ਨਿਕਲਣ ਵਾਸਤੇ ਉਹ ਸੱਕ ਹੁੰਦਾ ਸੀ ਕਿ ਦੰਦ ਤੇ ਚਮਕਣੀ ਨਹੀਂ ਨਾ ਗੁੱਲਾਂ ਤੇ ਥੋੜਾ ਜਿਹਾ ਰੰਗ ਆ ਜਾਏਗਾ ਸੱਕ ਦਾ ਤੇ ਉਹ ਕੁਛ ਲੋਗ ਇਸਾ ਕਰਦੇ ਸਨ ਰਾਤ ਮੁਸਕ ਨੂੰ ਪਾਣੀ ਚ ਪਿਉਂ ਦੇਣਾ ਉਹਦਾ ਰੰਗ ਨਿਕਲ ਜਾਂਦਾ ਸੀ ਥੋੜਾ ਨਰਮ ਹੋ ਜਾਂਦਾ ਸੀ ਤੇ ਫੇਰ ਦੰਦਾ ਤੇ ਮਲਦੇ ਸਨ ਪਰ ਅਸੀਂ ਅਸੀਂ ਤੇ ਇੱਕ ਇੱਕ ਨੰਬਰ ਦੇ ਟੀਟਸਾਂ ਵੇ ਅਸੀਂ ਕਹਿੰਦੇ ਅਸੀਂ ਬੁੱਲਾਂ ਦੇ ਉੱਤੇ ਰੰਗ ਲਾਣਾ ਵੇ ਤੇ ਅਸੀਂ ਉਹ ਰੰਗ ਘੱਟ ਦੇਤਾ ਦੇ ਫੇਰ ਮਲ ਮਲ ਕੇ ਮਲ ਮਲ ਕੇ ਦੰਦਾਂ ਦੀ ਫਿਕਰ ਘੱਟ ਹੁੰਦੀ ਸੀ ਸਾਨੂੰ ਬੁੱਲਾਂ ਦੀ ਬਹੁਤੀ ਹੁੰਦੀ ਸੀ ਕਿ ਬੁੱਲਾਂ ਤੇ ਸਾਡੇ ਰੰਗ ਚੜ ਜਾਵੇ ਇਨਾ ਸ਼ੌਕ ਹੁੰਦਾ ਸੀ ਔਰ ਬਹੁਤ ਸਾਕ ਨੂੰ ਮਿਲਿਆ ਤੇ ਮੈਂ ਕਹਣੀ ਹੈ ਸ਼ਾਇਦ ਲੋਕਾਂ ਦੇ ਉਸ ਬਾਨੇ ਦੇ ਲੋਕ ਜਿਹੜੇ ਦੰਦਾਂ ਤੇ ਜਿਹੜਾ ਸੀ ਸਫਾਈ ਦਾ ਜ਼ਰੀਆ ਕੀ ਸ਼ਾਇਦ ਸਾਕ ਤੇ ਔਰ ਮਿਸਵਾਕ ਐਈ ਚੀਜ਼ਾਂ ਸਨ ਅੱਜ ਕੱਲ ਟੂਥਪੇਸਟ ਆ ਗਏ ਨੇ ਇਲੈਕਟ੍ਰਿਕ ਬਰਸ਼ ਆ ਗਏ ਨੇ ਫਿਰ ਉਹ ਦੂਸਰੇ ਬਰਸ਼ ਤੇ ਬਹੁਤ ਚੀਜ਼ਾਂ ਆ ਗਈਆਂ ਨੇ ਅੱਜ ਕੱਲ ਲੇਕਿਨ ਸਾਕ ਸੱਕ ਵੀ ਹਲੇ ਵੀ ਨੰਬਰ 1 ਤੇ ਮੌਜੂਦ ਹੈ ਨੰਬਰ 1 ਮੈਨੂੰ ਮੈਨੂੰ ਅਗਰ ਕੋਈ ਕਵੇ ਨਾ ਨੰਬਰ ਦਬੋ ਤਾਂ ਮੈਂ ਕਵਾਂਗੀ ਵੀ ਸੱਕ ਨੰਬਰ 1 ਜੇ ਹਲੇ ਵੀ ਤੇ ਸੱਕ ਜੀ ਕੋਈ ਚੀਜ਼ ਨਹੀਂ ਤੇ ਮੈਂ ਤੇ ਵੀ ਮੰਨ ਲਈ ਆ ਸੱਕ ਅੱਜ ਮੈਂ ਉਹ ਤੋਂ ਖਰੀਦਿਆ ਸੀ ਉਦੋਂ ਦਾ ਉਹ ਕੱਢਿਆ ਸੀ ਅੱਜ ਬੈਗ ਚੋਂ ਨਿਕਲਿਆ ਤੇ ਮੈਂ ਕਿਹਾ ਚੱਲ ਵੀ ਆ ਜਾ ਵੀ ਅੱਜ ਤੇ ਹੋਇਆ ਹੁਣ ਦੱਦ ਅਸੀਂ ਮੰਨੋ ਵਾਲ ਕੇ ਨਾ ਪਾਗਲ ਹੋ ਜਾਣਾ ਵੀ ਅੱਜ ਅਸੀਂ ਇਹਨੂੰ ਸੱਕ ਨੂੰ ਮੰਨਣਾ ਹੈ ਤੇ ਸੱਕ ਜਿਹੜਾ ਵੇ ਦੰਦਾ ਵਾਸਤੇ ਬਹੁਤ ਅੱਛਾ ਵੇ ਤੁਸੀਂ ਇਹਦੀ ਉਹਦੇ ਹਵਾਲੇ ਦੇ ਨਾਲ ਕਿ ਤੁਸੀਂ ਉਹਦੇ ਮੂੰਹ ਚੋਂ ਪਾਣੀ ਕੱਢ ਦਿੰਦਾ ਹੈ ਪਤਾ ਨਹੀਂ ਕੀ ਕੁਝ ਕੱਢਦਾ ਵੇ ਲੈ ਜਾਣੇ ਹੋ ਮੈਨੂੰ ਤਾਂ ਨਹੀਂ ਪਤਾ ਬਹੁਤ ਜ਼ਿਆਦਾ ਕੋਈ ਸਾਇੰਸੀ ਤੌਰ ਤੇ ਤਾਂ ਮੈਂ ਕੋਈ ਗੱਲ ਨਹੀਂ ਕਰ ਰਹੀਆਂ ਲੇਕਿਨ ਇਹ ਵੀ ਕਿ ਅਜ਼ਮੂਦਾ ਨੁਸਖਾ ਵੇ ਕਿ ਸੱਕ ਜਿਹੀ ਚੀਜ਼ ਦੰਦਾ ਵਾਸਤੇ ਕੋਈ ਨਹੀਂ ਹੈ ਤੇ ਐਸ਼ਾ ਇਹ ਖਰੋਟ ਦੀ ਅੰਦਰਖ ਦੀ ਚਾਲ ਹੁੰਦੀ ਹੈ ਸੋਹਣਿਆ ਮੈਂ ਇਹਦੇ ਬਾਰੇ ਚੀ ਮੈਨੂੰ ਜ਼ਿਆਦਾ ਨਹੀਂ ਪਤਾ ਲੇਕਿ ਬੜਿਆ ਸਿਪੜਾ ਬੜਾ ਬਚਪਨ ਚ ਉਹ ਇਹ ਦਾ ਖਾਸ ਟੇਸਟ ਵੀ ਹੁੰਦਾ ਬਲੋ ਨਾ ਤੇ ਖਾਸ ਟੇਸਟ ਵੀ ਹੁੰਦਾ ਵੇ ਤੇ ਮੈਂ ਫਿਰ ਇਸ ਦਫਾ ਲੈ ਕੇ ਆਈ ਤੇ ਮੇਰੀ ਸਿਸਟਰ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਯਾਰ ਮੇਨ ਮਿਲਦਾ ਨਹੀਂ ਪਿਆ ਮੇਰਾ ਕਿਤੇ ਗਵਾਚ ਗਿਆ ਮੈਂ ਕਿਹਾ ਨਿਕਲ ਆਏਗਾ ਥੋੜੇ ਥੋੜੇ ਤੋਂ ਟੁਕੜੇ ਸੰਨ ਕਿਤੇ ਗਵਾਚ ਗਏ ਹੋਣੇ ਮਿਲ ਜਾਏਗਾ ਤੇ ਮੇਰਾ ਵੀ ਅੱਜ ਮਿਲ ਗਿਆ ਤੇ ਮੈਂ ਕਿਹਾ ਚਲੋ ਵੀ ਅੱਜ ਜਲਸੀ ਆਪੜੇ ਬਚਪਨ ਦੀ ਇਸ ਯਾਦ ਨੂੰ ਕਰਨੇ ਆ ਕਿ ਜਦੋਂ ਸੱਕ ਮੰਲਨੇ ਹੁੰਨੇ ਸਾ ਘਰ ਨਹੀਂ ਹੁੰਦਾ ਸੀ ਤੇ ਨਾਲ ਦੇ ਪੜੋਸੀਆਂ ਕੋ ਜਾ ਕੇ ਮੰਲਦਾ ਖੜਕਾ ਕੇ ਤੇ ਰਾਣੀ ਦੀ ਅੰਮੀ ਕਹਣਾ ਕੋਈ ਕਹੜਾ ਖਾਲਾ ਜੀ ਸੱਕ ਦੇ ਦਿਵੋ ਥੋੜਾ ਜਿਹਾ ਖਾਲਾ ਨਿਕਣਾ ਅੱਛਾ ਲੈ ਜਾ ਤੇ ਸੱਕ ਮੰਗ ਕੇ ਵੀ ਅਸੀਂ ਕਰਨਾ ਬਾਜ਼ਾਰ ਜਾਣਾ ਤੇ ਸੱਕ ਲੈ ਕੇ ਆਣਾ ਤੇ ਉਹ ਜ਼ਮਾਨੇ ਵਿੱਚ ਸੱਕ ਅਸੀਂ ਪੜਾਈ ਮਲਿਆ ਜ਼ਿਆਦਾਤਰ ਔਰਤਾਂ ਸੱਕ ਹੀ ਮਲਦੀਆਂ ਹੁੰਦੀਆਂ ਸਨ ਘਰਾਂ ਵਿੱਚ ਵੱਡੀਆਂ ਛੋਟੀਆਂ ਬੱਚੇ ਸਭ ਲੱਗੇ ਹੋਏ ਨੇ ਸੱਕ ਨੂੰ ਲੈ ਕੇ ਆਏ ਸਦਾਬ ਦਬ 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 ਮਰਨ ਵਾਸਤੇ ਤੇ ਦੇਖੋ ਉਹ ਜ਼ਮਾਨੇ ਕਿੰਨੇ ਚੰਗੇ ਸਨ ਕਿ ਅਸੀਂ ਸੱਕ ਮਲ ਕੇ ਅਸੀਂ ਸੋਹਣੇ ਵੀ ਲੱਗ ਜਾਂਦੇ ਸਾਂ ਥੋੜੇ ਜੇ ਇਹ ਸਾਰੇ ਬੁੱਲੀਆਂ ਦਾ ਰੰਗ ਆ ਗਿਆ ਅਸੀਂ ਹੋ ਜਾਂਦੇ ਸਾਂ ਖੋਸ਼ ਕਿ ਵਈ ਅਸੀਂ ਕੋ ਹਸੀਨਾ ਆਲਮ ਬਣ ਗਏ ਆ ਅਸੀਂ ਕੋ ਪਤਾ ਪਤਾ ਨਹੀਂ ਕੀ ਸ਼ੈ ਬਣ ਗਏ ਆ ਸੱਕ ਮਲ ਕੇ ਫੋਨ ਦੇਖ ਲੋ ਬਈ ਹਲੇ ਤੋਪ ਹੈਗੀ ਤੇ ਸੱਕ ਦੇ ਉੱਪਰ ਤੇ ਬਈ ਗਾਣੇ ਵੀ ਬਣੇ ਹੋਏ ਸਨ ਸੱਕ ਕਿੰਨਾ ਮਸ਼ਹੂਰ ਸੀ ਦੰਦਾਸਾ ਉਰਦੂ ਚ ਕਹਿੰਦੇ ਨੇ ਦੰਦਾਸਾ ਹੋਰ ਵੀ ਇਹਦੇ ਜ਼ੁਬਾਨਾਂ ਚ ਨਾ ਹੋਣਗੇ ਲੇਕਿਨ ਉਰਦੂ ਚ ਕਹਿੰਦੇ ਨੇ ਦੰਦਾਸਾ ਤੇ ਦੰਦਾਸੇ ਨੇ ਦਾ ਵੀ ਗਾਣਾ ਬਣਿਆ ਪਸ਼ਾਵਰ ਸੇ ਮੇਰੀ ਖਾਤਰ ਪਸ਼ਾਵਰ ਸੇ ਮੇਰੀ ਖਾਤਰ ਦੰਦਾਸਾ ਲਾਣਾ ਹੋ ਦਿਲਬਰ ਜਾਣਾ ਹੋ ਦਿਲਬਰ ਜਾਣਾ ਪਸ਼ਾਵਰ ਤੋਂ ਦੰਦਾਸਾ ਲੈ ਕੇ ਜਿਹੜੇ ਨਾ ਆਉਂਦੇ ਉਹ ਦੇਸਾਂ ਨੂੰ ਗਾਣਾ ਜਿਹੜੀ ਗਾਂਦੀਆਂ ਸਭ ਉਹਨਾਂ ਵਾਸਤੇ ਆਂਦਾ ਹੀ ਹੋਏਗਾ ਪਸ਼ਾਵਰ ਤੋਂ ਸਾਡੇ ਵਾਸਤੇ ਖਰਕਾ ਦੀ ਕੋਈ ਪਸ਼ਾਵਰ ਤੋਂ ਨਹੀਂ ਲੈ ਕੇ ਆਇਆ ਅਸੀਂ ਤੇ ਆਪ ਹੀ ਜਾ ਕੇ ਬਾਜ਼ਾਰ ਤੋਂ ਖਰੀਦ ਕੇ ਲੈ ਕੇ ਆਨੇ ਸਕੇ ਚਲੋ ਵੀ ਸੱਕ ਖਰੀਦ ਲਈਏ ਤੇ ਜਦੋਂ ਵੀ ਬਾਜ਼ਾਰ ਜਾਣਾ ਤੇ ਸੱਕ ਇਸ ਸਾਖ ਇਸ ਤਰ੍ਹਾਂ ਹੁੰਦਾ ਸੀ ਜੇ ਵਰਾਸ਼ਣ ਆਂਦਾ ਨਾ ਘਰ ਵਿੱਚ ਕਿ ਗਰੋਸਰੀ ਅਸੀਂ ਕਰਦੇ ਆ ਕਿ ਜ਼ਰੂਰੀ ਆਈਟਮ ਦੀਆਂ ਚੀਜ਼ਾਂ ਇਸ ਤਰ੍ਹਾਂ ਔਰਤਾਂ ਕਹਾਂਚ ਮੰਗਾ ਕੇ ਰੱਖਦੀਆਂ ਹੁੰਦੀਆਂ ਸਨ ਜ਼ਿਆਦਾਤਰ ਔਰਤਾਂ ਸੱਕ ਮਲਦੀਆਂ ਹੁੰਦੀਆਂ ਸਾਨੂੰ ਸਮਾਨੇ ਵਿੱਚ ਕਿ ਦੰਦਾ ਦੀ ਇਤਸੂ ਜ਼ਿਆਦਾ ਚੀਫ ਸਫਾਈ ਮੇਰੇ ਖਿਆਲ ਕੋਈ ਹੋਰ ਚੀਜ਼ ਨਹੀਂ ਕਰਦੀ ਤੇ ਲੋ ਵੀ ਅੱਜ ਤੇ ਅਸੀਂ ਆਪਣੀ ਪਾਕਿਸਤਾਨ ਟੂਰ ਦੀ ਹੈ ਯਾਦਾ ਦਰਨਾ ਸ਼ੇਅਰ ਕੀਤੀਆਂ ਲਾਹੌਰ ਯਾਦ ਆ ਗਿਆ ਮੈਨੂੰ ਉਹ ਕਿ ਸਾਈਕਲ ਤੇ ਇੱਕ ਪਾਈ ਖੜੇ ਸਨ ਉਹਨਾਂ ਨੇ ਬਾਂਸਰੀ ਵਜਾ ਰਹੇ ਸਨ ਜ਼ਬਰਦਸਤ ਬਾਂਸਰੀ ਬੜੇ ਅਰਸੇ ਬਾਸ ਸੁਣੀ ਔਰ ਇਸ ਤਰ੍ਹਾਂ ਉਹਨਾਂ ਨੇ ਔਰ ਲੋਰ ਲੋਰੇ ਵਕਤ ਵੀ ਲੋਰ ਦੀ ਅਸੀਂ ਫਿਰ ਫਿਰੇ ਅੰਦਰੋਂ ਨੇ ਲੋਰ ਬਹੁਤ ਸਾਨੂੰ ਚੰਗਾ ਲੱਗਿਆ ਤੇ ਬਹੁਤ ਅ ਅਸੀਂ ਅਸੀਂ ਬਚਪਨੀਆਂ ਉਹਦੇ ਵਿੱਚ ਫਿਰ ਯਾਦਾਂ ਵੀ ਅਸੀਂ ਕੀਤੀਆਂ ਕਿ ਕਿਲਾ ਵੀ ਗਏ ਔਰ ਸਭ ਤੋਂ ਡਿਗਾਲੇਕ ਮিনারੇ ਪਾਕਿਸਤਾਨ ਦੇਖਿਆ ਤਸਵੀਰਾਂ ਚ ਅਸੀਂ ਦੇਖਦੇ ਹੁਣੇ ਸਾ ਤੇ ਅਸੀਂ ਉਸ ਬਾਰੇ ਇਸ ਕਹਿੰਦੇ ਹੁਣੇ ਸਾ ਲਾ ਮੀਆਂ ਇੰਨਾ ਵੱਡਾ ਵੇ ਹਤੇ ਇੰਨਾ ਵੱਡਾ ਵੇ ਤੇ ਉਹ ਫਿਰ ਅਸੀਂ ਮিনারੇ ਪਾਕਿਸਤਾਨ ਵੀ ਦੇਖਿਆ ਉਸ ਜ਼ਮਾਨੇ ਚ ਬਲੰਦ ਇਮਾਰਤਾਂ ਜਣੀਆਂ ਨਾ ਨਹੀਂ ਹੁੰਦੀਆਂ ਸਨ ਉਹ ਫਿਰ ਕੋਈ ਕੋਈ ਦੇਖ ਲੈਂਦਾ ਸੀ ਤੇ ਬਸ ਉਹ ਤਸਵੀਰ ਕੋਈ ਤਸਵੀਰ ਤੋਂ ਕਿਸੇ ਕਾਪੀ ਚ ਕਿਤਾਬ ਚ ਤੇ ਉਹ ਹੈਰਾਨ ਹੋ ਜਾਣੇ ਹੁੰਦੇ ਸੀ ਕਿ ਇਹ ਕੀ ਸ਼ਹਿਵਾਂ ਨੇ ਇਹ ਸਾਡੇ ਵਾਸਤੇ ਬਹੁਤ ਸੀ ਕਿਉਂਕਿ ਇੱਕ ਇੱਕ ਕਮਰੇ ਦਾ ਘਰ ਹੁੰਦਾ ਸੀ ਛੋਟੇ ਛੋਟੇ ਘਰ ਹੁੰਦੇ ਸਨ ਲੋਕਾਂ ਨੇ ਬੜੀ ਬੜੀ ਬਿਲਡਿੰਗਸ ਦੇਖੀ ਨਹੀਂ ਹੁੰਦੀਆਂ ਸਨ ਤੇ ਇਸ ਤੋਂ ਉਹ ਫਿਰ ਇੱਕ ਹਰਤ ਕਦਾ ਹੁੰਦਾ ਸੀ ਸਾਡੇ ਵਾਸਤੇ ਕਿ ਅਸੀਂ ਕੋਈ ਬੜੀ ਐਸੀ ਕੋਈ ਬਿਲਡਿੰਗ ਜਾਂ ਕੋਈ ਚੀਜ਼ ਦੇਖ ਲੈਣੇ ਸਾਰਾ ਕਿ ਅਸੀਂ ਬਈ ਪਰੇਸ਼ਾਨ ਹੋ ਜਾਈਏ ਕਿ ਇਹ ਕਿਹੜੀ ਦੁਨੀਆ ਹੈ ਤੇ ਅੱਜ ਅਸੀਂ ਆਪਣੇ ਬਚਪਨ ਦੀ ਯਾਦ ਸ਼ੇਅਰ ਕੀਤੀ ਸੱਕ ਦੇ ਹਵਾਲੇ ਦੇ ਨਾਲ ਤੇ ਨਾਲ ਅਸੀਂ ਆਪਣੇ ਜਿਹੜੀ ਗੱਪਸ਼ਪ ਕੀਤੀ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਬੜਾ ਸ਼ੁਕਰੀਆ ਤੁਸੀ ਅੱਜ ਮੈਨੂੰ ਇੱਕ ਸਮਝਦਿਆ ਦੀ ਗੱਲ ਬਿੱਲੀ ਕਿੱਥੇ ਗਵਾਚ ਗਈ ਹੈ ਬਿੱਲੀ ਕਾਫੀ ਦਿਨ ਤੋਂ ਬਿੱਲੀ ਦਾ ਜਿਹੜਾ ਨਾ ਨੀਦਰਲੈਂਡ ਤੋਂ ਬਿੱਲੀ ਕਰਦੇ ਹੁੰਦੇ ਸਨ ਮੈਸੇਜ ਉਹਨਾਂ ਤੇ ਪਤਾ ਨਹੀਂ ਤਬੀਅਤ ਠੀਕ ਹੋਵੇ ਮੈਨੂੰ ਬਸ ਉਹਨਾਂ ਲਈ ਦੁਆ ਗੋਵਾ ਤੇ ਉਹ ਅਗਰ ਦੇਖਣ ਤੇ ਮੈਸੇਜ ਜ਼ਰੂਰ ਕਰੋ ਵਈ ਮੈਨੂੰ ਕਮੈਂਟ ਕਰੋ ਦੱਸੋ ਤੁਸੀਂ ਠੀਕ ਹੋ ਤੇ ਅਸੀਂ ਕੀ ਕਹਿੰਦੇ ਨੇ ਇਸਾ ਇਕੱਠੇ ਹੁੰਨੇ ਆ ਤੇ ਜਿਹੜੇ ਵਿੜੇ ਵਿੱਚ ਕੋਈ ਇੱਕ ਬੰਦਾ ਨਹੀਂ ਹੁੰਦਾ ਨਾ ਤਾਂ ਫੌਰਨ ਉਹਦੀ ਫਿਕਰ ਪੈ ਜਾਂਦੀ ਏ ਤੇ ਬਾਕੀ ਤਾਂ ਸ਼ੀਲ اور ਸ਼ਮਾ ਚੌਧਰੀ ਜਿਹੜੇ ਕੀ ਕਹਿੰਦੇ ਨੇ ਸ਼ਬੀਰ हुसैन ਸਾਹਿਬ ਤੇ ਬਾਕੀ ਇਸ਼faq ਨਾਸਰ ਜਮਾਨ ਨੇ ਵੀ ਕਮੈਂਟ ਕੀਤਾ ਉਦੋਂ ਤੇ ਹੱਸੇ ਸਨ ਮੇਰੇ ਉਹਦੇ ਤੇ ਤੇ ਉਹਨਾਂ ਨੇ ਕੱਲ ਵੀ ਵਾਹ ਕਰਕੇ ਸ਼ਤਕੁਸ਼ ਇੱਕ ਕਮੈਂਟ ਕੀਤਾ ਹੋਇਆ ਸੀ ਲਿਖਿਆ ਹੋਇਆ ਸੀ ਬਹੁਤ ਬਹੁਤ ਸ਼ੁਕਰੀਆ ਸੌਲਤ हुसैन ਵੀ ਬੜੇ ਬੜੇ ਮੇਰੇ ਜਿਹੜਾ ਨਾ ਉਹ ਮੈਂ ਤੁਹਾਨੂੰ ਦਿਖਾਵਾਂ ਇਹ ਗਾੜੀ ਆਂਦੀ ਏ ਗਾੜੀ ਆਂਦੀ ਏ ਐਸੇ ਜਿਹੜੀ ਸਮਾਨ ਲੋਕਾਂ ਨੇ ਘਰਾਂ ਚੋਂ ਬਾਹਰ ਕੱਢ ਕੇ ਰੱਖਿਆ ਹੁੰਦਾ ਵੇ ਨਾ ਤੇ ਇਹ ਗਾੜੀ ਫਿਰ ਚੱਕ ਕੇ ਤੇ ਫਿਰ ਲੈ ਜਾਂਦੀ ਏ ਉਹ ਫਿਰ ਗਲੀ ਗਲੀ ਫਿਰਦੇ ਨੇ ਜਿੱਥੇ ਉਹਨਾਂ ਨੂੰ ਸਮਾਨ ਨਜ਼ਰ ਆਂਦਾ ਵੀ ਉਹ ਫਟਕ ਕੇ ਲੈ ਜਾਂਦੇ ਨੇ ਇਸ ਤਰ੍ਹਾਂ ਅਸੀਂ ਵੀ ਆਪਣਾ ਮਾਈਕ੍ਰੋ OVEN ਕੱਢ ਕੇ ਰੱਖਣਾ ਵਈ ਪਰ ਮਸਲਾ ਆਵੇ ਕਿ ਕਿ ਕਹਿੰਦੇ ਨੇ ਸਾਡਾ ਹੁਣ بارش ਸੀ ਨਾ ਪਤਾ ਹੁੰਦਾ ਜਿੰਨਾ ਨਿਆਣਾ ਵੀ ਤੇ ਮੈਂ ਰੱਖ ਦੇਣਾ ਸੀ ਬਾਹਰ ਇਸ ਤਰ੍ਹਾਂ ਲੋਕ ਰੱਖ ਦਿੰਦੇ ਨੇ ਉਹ ਫੇਰ ਕੋਈ ਐਸਾ ਐਕਸਟਰਾ ਸਮਾਨ ਜਿਹੜਾ ਹੁੰਦਾ ਵੀ ਚੁੱਕ ਕੇ ਲੈ ਜਾਂਦੇ ਨੇ ਆ ਦੇਖ ਲਓ ਵੀ ਹੁਣ ਬੱਦਲ ਹੋ ਚੱਲੇ ਨੇ ਹੁਣ ਥੋੜੀ ਦੇਰ ਤੱਕ بارش ਉਤਰ ਆਏਗੀ ਤੇ ਸੌਲਤ ਹੁਸੈਨ ਜਿਹੜੇ ਨੇ ਉਹ ਵੀ ਮੇਰੇ ਬੜੇ ਸਾਥੀ ਨੇ جب تو میں یوٹیوب شروع کیتا انہوں دا میں شکریہ کدی ہو میری ویڈیو جا ولاگ مس کار کرتے بلکہ میں ایک دن بھی اگر غیر حاضر ہو جاؤں تو فورن فون کروان نے کہ بھئی پتہ کرو باجی ٹھیک نے کہ نہیں باجی کا اچھے ولاگ نہیں آیا تو سہولت بچارے میرے بڑے پکے پکے انہوں نے میرا بڑا ساتھ ہے میرے اس چینل دے حوالے کے نال کہ کدی انہوں نے مس کیتا ਮੈਂ ਵੀਡੀਓ ਬਣਾਣਾ ਮਿਸ ਕਰਦਾ ਵਾਂ ਸ਼ਰਤ ਕਦੀ ਬਿਮਾਰ ਹੋ ਜਾਵਾਂ ਇਹ ਕੋਈ ਵਜ੍ਹਾ ਹੋ ਜਾਵੇ ਸੌਲਸ ਜਿਹੜੇ ਨੇ ਉਹ ਕਦੀ ਨਹੀਂ ਉਹਨਾਂ ਨੇ ਕੀਤਾ ਕਿ ਮੈਨੂੰ ਹਮੇਸ਼ਾ ਜਿਹੜਾ ਮੇਰੀ ਮੇਰੇ ਬਹਿਨ ਹੋਈ ਨੇ ਜਿਹੜੀ ਮੇਰਾ ਅਮਰੀਕਾ ਸਿਸਟਰ ਆਂਦੇ ਨੇ ਉਹਨਾਂ ਦੇ ਹਸਬੰਦ ਨੇ ਉਹ ਤੇ ਉਹ ਫਿਰ ਪੁੱਛਦੇ ਨੇ ਫੌਰਨ ਮੇਰੀ ਸਿਸਟਰ ਨੂੰ ਕਹਿਣਗੇ ਕਿ ਬਾਜੀ ਅੱਜ ਬਾਜੀ ਦਾ ਵਲੌਗ ਨਹੀਂ ਆਇਆ ਬਾਜੀ ਤਬੀਅਤ ਪੁੱਛ ਕਿ ਬਾਜੀ ਠੀਕ ਨੇ ਕਿ ਨਹੀਂ ਤੇ ਉਹਨਾਂ ਦੇ ਵੀ ਸ਼ੁਕਰੀਆ ਲੇਕਿਨ ਸੌਲਸ ਜ਼ਰਾ ਕਮ ਗੋ ਨੇ ਤੇ ਬਸ ਵੀ ਵੈਸੇ ਵੀ ਘੱਟ ਬੋਲਦੇ ਨੇ ਤੇ ਉਸ ਤਰ੍ਹਾਂ ਵੀ ਜਿਹੜਾ ਨਾ ਕੀ ਕਹਿੰਦੇ ਨੇ ਕਮੈਂਟ ਵੀ ਜਰਾ ਛੋਟਾ ਜਿਹਾ ਕਰਦੇ ਨੇ ਪਰ ਮੇਰੇ ਨਾਲ ਬਖਮ ਜਦੋਂ ਬੈੰਨੇ ਆ ਨਾ ਅਸੀਂ ਕਦੀ ਮਿਲੀਏ ਫਿਰ ਅਸੀਂ ਖਾਸੀਆਂ ਗੱਪਾਂ ਮਾਰ ਲੈਂਦੇ ਆ ਤੇ ਚਲੋ ਵੀ ਠੀਕ ਹੈ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਮੇਰੀ ਵੀਡੀਓ ਕਾ ਖਾਸੀ ਲੰਬੀ ਹੋ ਜਾਂਦੀ ਹੈ ਮੈਂ ਸੋਏ ਹੋਏ ਦੇਖੋ ਮੇਰੇ ਤੋਂ ਵੱਧ ਦਿਮਾਗ ਦੇਖੋ ਮੇਰਾ ਮੈਂ ਕਿਹਾ ਮੈਂ ਸਭ ਤੋਂ ਪਹਿਲੇ ਮਾਜ਼ਰਤ ਕਰਾਂਗੀ ਤੁਹਾਡੇ ਕੋਲੋਂ ਕਿ ਕੱਲ ਜਿਹੜੀ ਮੈਂ ਆਪਣੀ ਵਲੌਗ ਬਣਾਇਆ ਵੀਡੀਓ ਬਣਾਈ ਉਦੇ ਵਿੱਚ ਕੁੱਕਰ ਦਾ ਬੜਾ ਸ਼ੋਰ ਆ ਰਿਹਾ ਸੀ ਛੂ 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 ਮੈਂ ਬੈਠੀ ਤੜਨਾ ਖਤাব ਕਰਦੀ ਰਹੀ ਇਨ ਅਹਿਸਾਸ ਹੀ ਨਹੀਂ ਹੋਇਆ ਕਿ ਇਨਾਂ ਨਾਗਵਾਰ ਗੁਜ਼ਰ ਰਿਹਾ ਹੋਏਗਾ ਉਹ ਤੇ ਉਹ ਫਿਰ ਮੈਂ ਅੰਦਰ ਚਲੀ ਗਈ ਬਾਅਦ ਵਿੱਚ ਜਦੋਂ ਮੈਂ ਵੀਡੀਓ ਅਪਲੋਡ ਕਰਤੀ ਜਦ ਰਾਤੀ ਮੈਂ ਕਿਹਾ ਦੇਖਾਂ ਕਿਉਂਕਿ ਨਾ ਟਾਈਮ ਨਹੀਂ ਸੀ ਮੇਰੇ ਕੋਲ ਕਿ ਮੈਂ ਉਹਨੂੰ ਬਾਅਦ ਵਿੱਚ ਸੁਣ ਕੇ ਫਿਚੜਾਣੀ ਆ ਕਿ ਕਿਤੇ ਕੋਈ ਗਲਤੀ ਹੋ ਜਾਵੇ ਕੁਝ ਲੇਕਿਨ ਐਡਿਟ ਕਰਨ ਦਾ ਮੇਰੇ ਕੋਲ ਟਾਈਮ ਨਹੀਂ ਸੀ ਤੇ ਮੈਂ ਇਸ ਤਰ੍ਹਾਂ ਕਰਤਾ ਤੇ ਮੈਨੂੰ ਬਾਅਦ ਵਿੱਚ ਇੰਨਾ ਅਹਿਸਾਸ ਹੋਇਆ ਇਨਾ ਸ਼ੋਰ ਸੀ ਮੈਨੂੰ ਆਪ ਬੁਰਾ ਪਿਆ ਲੱਗਦਾ ਸੀ ਮੈਂ ਕਿ ਤੁਹਾਨੂੰ ਕਿੰਨਾ ਅਜੀਬ ਲੱਗਿਆ ਹੋਣਾਵੇਂ ਕਿ ਬਈ ਉਹ ਸ਼ੋਰ ਦੀ ਕੁੱਕਰ ਦੇ ਸ਼ੋਰ ਦੀ ਆਵਾਜ਼ ਐ ਸੀ ਸੀ ਕੇ ਸਮਾਤ ਨੂੰ ਅੱਛੇ ਨਹੀਂ ਲੱਗ ਰਹੀ ਸੀ ਨਾ ਗਵਾਰ ਗੁਜ਼ਰ ਰਹੀ ਸੀ ਤੇ ਮੈਂ ਤੁਹਾਡੇ ਕੋ ਮਾਫੀ ਚਾਹਨੀ ਆ ਕਿ ਮੇਰੇ ਉਹ ਮੇਰੀ ਗਲਤੀ ਹੋ ਗਈ ਮੇਰੇ ਕੋਲ ਤੇ ਪਰ ਐ ਵੀ ਕਿ ਗਲਤੀਆਂ ਤੋਂ ਇਨਸਾਨ ਸਿੱਖਦਾਵੇਂ ਗਲਤੀ ਕਰੇਗਾ ਨਹੀਂ ਤੇ ਸਿੱਖੇਗਾ ਕਿਤੋਂ ਤੇ ਦੇਖ ਲਓ ਵੀ ਮੈਂ ਸਿੱਖ ਗਈ ਆ ਹੁਣ ਮੈਂ ਆਂਦਾ ਇhtiyat ਕਰਾਂਗੀ ਕੁੱਕਰ ਚੜਾਵਾਂਗੀ ਤੇ ਕਮਰੇ ਚ ਜਾ ਕੇ ਜਾਂ ਬਾਹਰ ਜਾ ਕੇ ਤੁਹਾਡੇ ਨਾਲ ਗੱਲ ਕਰਾਂਗੀ ਪਰ ਮੈਂ ਉਹ ਨਹੀਂ ਕਰ ਰਹੀ ਹਾਂ ਕੁਕ ਕਰਨ ਦੇ ਕੋਲ ਸਿੱਖੜੇ ਹੋ ਕੇ ਗੱਲਾਂ ਨਹੀਂ ਕਰਨੀਆਂ ਜਦੋਂ ਉਹਨੂੰ ਬੰਦ ਕਰ ਦਿੱਤਾ ਤੇ ਤੇ ਫਿਰ ਇੱਕ ਦਫਾ ਫੇਰ ਮਾਹਰਤ ਕਿਉਂਕਿ ਕਹਿੰਦੇ ਨੇ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਗਲਤੀ ਮੰਨ ਲੈਣਾ ਚੰਗੀ ਇੱਥੇ ਆ ਕੇ ਅਸੀਂ ਇਹ ਚੀਜ਼ਾਂ ਸਿੱਖੀਆਂ ਨੇ ਕਿ ਭਈ ਕਿਸੇ ਦੀ ਕੋਈ ਨਹੀਂ ਵੀ ਵੱਜ ਜਾਂਦੀ ਹੈ ਨਾ ਰਿਸ਼ਤਾ ਕਰਕੇ ਹੱਜਾਂਦੇ ਜਾਂਦੇ ਹੱਥ ਤੇ ਫਟਾਫਟ ਲੋਕ ਕਹਿੰਦੇ ਸੌਰੀ ਸੌਰੀ ਤੇ ਬਈ ਸੌਰੀ ਕਰਨਛੇ ਤੇ ਲੋਕ ਦੇਰ ਕਰਦੇ ਹੀ ਨਹੀਂ ਨੇ ਇੱਥੇ ਤੇ ਬਈ ਅਸੀਂ ਵੀ ਸਿੱਖ ਲਿਆ ਸੌਰੀ ਤਾਂ ਸਾਨੂੰ ਮਾਫ ਕਰ ਦਈਏ ਬਈ ਤੇ ਤੇ ਚਲੋ ਵੀ ਇਸੇ ਤਰ੍ਹਾਂ ਹਲਕੇ ਫੁਲਕੇ ਅਸੀਂ ਗੱਪਸ਼ਪ ਕਰ ਲਈ ਆਪਣੀ ਤੇ ਤੁਸੀਂ ਮੈਨੂੰ ਅ ਅੱਗੇ ਵੀ ਮੈਂ ਇੱਕ ਦਿਨ ਕਿਹਾ ਸੀ ਕਿ ਤੁਸੀਂ ਮੈਨੂੰ ਦੱਸੋ ਕਿ ਅਸੀਂ ਤੁਸੀਂ ਕਿਹੜੇ ਹਵਾਲੇ ਦੇ ਨਾਲ ਅਸੀਂ ਗੱਲ ਕਰੀਏ ਬਚਪਨ ਦੀਆਂ ਤਾਂ ਯਾਦਾਂ ਬਹੁਤ ਸਾਰੀਆਂ ਨੇ ਇੰਨੀਆਂ ਯਾਦਾਂ ਨੇ ਕਿ ਮੈਂ ਕੀ ਦੱਸਾਂ ਕਿ ਉਹ ਇੱਕ ਇੱਕ ਚੀਜ਼ ਇੱਕ ਇੱਕ ਲਈ ਫਿਰ ਵੀ ਕੋਈ ਇੱਕ ਚੀਜ਼ ਐਸੀ ਹੁੰਦੀ ਹੈ ਕਿ ਉੱਤੇ ਗੱਲ ਕਰਨਾ ਚਾਹੁੰਦੇ ਨੇ ਸੁਣਨਾ ਚਾਹੁੰਦੇ ਨੇ ਕੋਈ ਤੇ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਅਸੀਂ ਉਸ ਹਵਾਲੇ ਨਾਲ ਵੀ ਗੱਲ ਕਰਾਂਗੇ ਤੇ ਕੱਲ ਜਿਹੜਾ ਮੈਂ ਟੱਪਾ ਗਾਇਆ ਨਾ ਕਿ ਗੱਡੀ ਆ ਗਈ ਸਟੇਸ਼ਨ ਤੇ ਗੱਡੀ ਆ ਗਈ ਸਟੇਸ਼ਨ ਤੇ ਹੋ ਪਰ ਹਟਵੇ ਬਾਬੂ ਸਨੂ ਮਾਈ ਆਵੇਖਣ ਦੇ ਹੋ ਪਰ ਹਟਵੇ ਬਾਬੂ ਸਨੂ ਮੈਂ ਆ ਵੇਖਣ ਦੇ ਤੇ ਮੈਂ ਗਲਤ ਪੜ ਗਈ ਸਾਬ ਉਹ ਪੜਾ ਹਟਵੇ ਬਾਬੂ ਮੈਨੂੰ ਯਾਦ ਨਹੀਂ ਪਿਆੰਦਾ ਸੀ ਫਿਰ ਦਿਮਾਗ ਨੇ ਤੇ ਸਭ ਕੋੜੇ ਵਾ ਦੁੜਾਏ ਕੋੜਿਆਂ ਨੂੰ ਕਿਹਾ ਤਲਾਸ਼ ਕਰੋ ਛੇਤੀ ਕਰੋ ਕਿਹੜਾ ਲਫ਼ਜ਼ ਸੀ ਤੇ ਉਹ ਫਿਰ ਦਿਮਾਗ ਨੇ ਕਿਹਾ ਲਬ ਲੁਬ ਕੇ ਉਹਨੇ ਫਿਰ ਮੈਨੂੰ ਦੱਸਿਆ ਕਿ ਵੀ ਐਲ ਸੀ ਤੇ ਮੈਂ ਕਿਹਾ ਚਲਵਾ ਜਬਾ ਤਾਂ ਸੀ ਕਰ ਦਵਾ ਦੋ ਚੀ ਇੱਕ ਤੇ ਮੈਂ ਠੀਕ ਕਰ ਦਿੱਤਾ ਟੱਪਾ ਤੇ ਦੂਸਰਾ ਮੈਂ ਤੁਹਾਡੇ ਕੋਲ ਮੰਗ ਲਈ ਮਾਫੀ ਮਾਫੀ ਮੰਗ ਲੈਣਾ ਕਦੀ ਕੋਈ ਇਨਸਾਨ ਛੋਟਾ ਨਹੀਂ ਹੁੰਦਾ ਗਲਤੀ ਹੈ ਤੇ ਮਾਫੀ ਮੰਗ ਲਵੋ ਤੇ ਮਾਫੀ ਮੰਗਣ ਚ ਕਿੰਨੀ ਕੀ ਡੇਰ ਲੱਗਦੀ ਵੀ ਮaaf ਕਰ ਦੋ ਮੈਨੂੰ ਇੰਨਾ ਹੀ ਤਾਂ ਕਹਿਣਾ ਮੈਂ ਤੇ ਫਿਰ ਅਗਲੇ ਨੂੰ ਵੀ ਚਾਹੀਦਾ ਵੇ ਕਿ ਇੱਕ ਮਜ਼ਾਕ ਤੋਂ ਲਾਵਾ ਮੈਂ ਗੱਲ ਕਹਿ ਰਹੀ ਆ ਕਿ ਅਗਰ ਤੁਹਾਨੂੰ ਕੋਈ ਮਾਫੀ ਮੰਗੇ ਤੇ ਤੁਸੀਂ ਉਹਨੂੰ ਮਾਫ ਕਰ ਦਵੋ ਦਿਲੋਂ ਮਾਫ ਕਰੋ ਯਾਨੀ ਕਿ ਉਤੋਂ ਤੋਂ ਦਿਲੋਂ ਮਾਫ ਕਰ ਦਵੋ ਕਿਉਂਕਿ ਮਾਫ ਕਰ ਦੇਣਾ ਅ ਅੱਲਾਹ ਤਾਲਾ ਦੀ ਸਿਫਤ ਹੈ ਅੱਲਾਹ ਤਾਲਾ ਪਸੰਦ ਕਰਦੇ ਨੇ ਕਿਉਂਕਿ ਅੱਲਾ ਸਾਡੇ ਗੁਨਾਹਾਂ ਨੂੰ ਮਾਫ ਕਰਨ ਵਾਲਾ ਵੇ ਅੱਲਾ ਰਬੁਲ ਇਜ਼ਤ ਸਾਡੀ ਪਤਾ ਨਹੀਂ ਕਿੰਨੀਆਂ ਕਗਲਤੀਆਂ ਨੂੰ ਮਾਫ ਕਰਦੇ ਨੇ ਅਸੀਂ ਗੁਨਾਹਾਂ ਚ ਲੁੱਥੜੇ ਹੋਏ ਲੋਕ ਆ ਅਸੀਂ ਇੰਨੇ ਖਰਾਬ ਆ ਪਰ ਅੱਲਾ ਸਾਡੀ ਹਰ ਗਲਤੀ ਨੂੰ ਮਾਫ ਕਰ ਦਿੰਦਾ ਰੋਜ਼ ਇੱਕ ਨਵਾਂ ਦਿਨ ਚੜਦਾ ਸਾਨੂੰ ਰਿਜ਼ਕ ਵੀ ਖਿਲਾਉਂਦਾ ਸਾਨੂੰ ਅੱਛੇ ਕੱਪੜੇ ਵੀ ਦਿੰਦਾ ਸਾਨੂੰ ਸਾਹ ਵੀ ਦਿੰਦਾ ਸਭ ਅੱਖਾਂ ਵੀ ਦਿੱਤੀਆਂ ਸਭ ਉਹ ਫਿਰ ਸਾਡੀ ਗਲਤੀਆਂ ਤੇ ਸਾਡੀ ਪਕੜ ਕਰਨ ਲੱਗ ਜਾਏ ਨਾ ਤੇ ਪਤਾ ਨਹੀਂ ਸਾਡਾ ਕੀ ਹਸ਼ਰ ਹੋਵੇ ਲੇਕਿਨ ਮਾਫ ਕਰ ਦੇਣਾ ਅੱਲਾਹ ਦੀ ਸਿਫਤ ਹੈ ਇਸ ਤੋਂ ਅਗਰ ਤੁਹਾਨੂੰ ਤੁਹਾਡਾ ਕੋਈ ਜ਼ਿਆਤੀ ਕਰੇ ਤਾਂ ਵੀ ਅਗਰ ਨਾ ਵੀ ਮਾਫੀ ਮੰਗੇ ਤਾਂ ਉਹਨੂੰ ਮਾਫ ਕਰ ਦਵੋ ਬੇਸ਼ੱਕ ਤੁਸੀਂ ਉਸ ਤੋਂ ਥੋੜਾ ਕਿਨਾਰਾ ਕਰ ਲਵੋ ਅਗਰ ਤੁਸੀਂ ਸਮਝਦੇ ਹੋ ਕਿ ਭਈ ਇਹਨੇ ਮੈਨਾਂ ਜ਼ਿਆਤੀ ਕੀਤੀ ਏ ਤੇ ਉਹ ਕਿਨਾਰਾ ਕਰ ਲਵੋ ਲੇਕਿਨ ਕਤ੍ਤਾ ਤਾਲੁਕ ਵੀ ਨਾ ਕਰੋ ਤੇ ਉਹਨੂੰ ਬਦਲਾ ਲੈਣ ਦੀ ਕੋਈ ਕਦੀ ਕੋਸ਼ਿਸ਼ ਨਾ ਕਰੋ ਬਸ ਮਾਫ ਕਰ ਦਵੋ ਅੱਲਾ ਵੀ ਰਜ਼ਾ ਲਈ ਉਹਨੂੰ ਮਾਫ ਕਰ ਦਿਆ ਕਰੋ ਤੇ ਮਾਫ ਕਰ ਦੇਣਾ ਬਹੁਤ ਅੱਛੀ ਗੱਲ ਏ ਤੇ ਜੇ ਕੋਈ ਮਾਫੀ ਮੰਗ ਲੇ ਮੇਰੇ ਵਰਗਾ ਜਿਵੇਂ ਮੈਂ ਤੁਹਾਡਾ ਮਾਫੀ ਮੰਗੀ ਹੈ ਆਪਣੇ YouTube ਫੈਮਲੀ ਕੋਲੋਂ ਵੀ ਮਾਫ ਕਰ ਲਿਓ ਮੇਰੇ ਕੋਲ ਗਲਤੀ ਹੋ ਗਈ ਕੁੱਕਰ ਹੈ ਨਾ ਤੇ ਤੁਸੀਂ ਮੈਨੂੰ ਪਤਾ ਜ਼ਰੂਰ ਮਾਫ ਕਰ ਦੋਗੇ ਮੈਨੂੰ ਮੇਰੀਆਂ ਗਲਤੀਆਂ ਨੂੰ ਜਿਹੜਾ ਨਜ਼ਰ ਅੰਦਾਜ਼ ਕਰ ਦੋਗੇ ਤੇ ਤੇ ਨਸੀ ਮੈ ਲਿਆ ਚੱਲਨੀ ਆ ਹੁਣ ਮੈਂ نیچے ਜਾ ਕੇ ਕਪੜੇ ਉਤਾਰਾਂ ਤੇ ਫਿਰ ਜਾ ਕੇ ਕੁਛ ਖਾਂਡੀ ਰੋਟੀ ਦਾ ਵੀ ਕਰਨਾਵੇਂ ਕੁਛ ਵੈਸੇ ਅੱਜ ਮੈਂ ਕੁਛ ਐਸਾ ਖਾਸ ਪਕਾਣਾ ਨਹੀਂ ਹੈ ਅੱਜ ਕੱਲ ਦੇ ਦਾਲ ਚੋਲ ਪੇ ਨੇ ਤੇ ਬਸ ਵੀ ਉਹੀ ਅਸੀਂ ਖਾਣੇ ਨੇ ਰੱਜ ਰੱਜ ਕੇ ਤੇ ਫਿਰ ਕੱਲ ਕੁਛ ਪਕਾਵਾਂਗੇ ਅੱਜ ਹੁਣ ਮੈਂ ਆਪਣੀ ਧੋਈ ਕੱਢਣੀ ਹੈ ਕਿਉਂਕਿ ਧੁੱਪ ਦਾ ਦੇਰੇ ਨੇ ਥੋੜਾ ਧੁੱਪ ਹੁਣ ਗਾਇਬ ਹੋ ਗਈ ਹੈ ਹੁਣ ਇੱਕ ਘੰਟਾ ਆ ਰਿਹਾ ਬਾਰਿਸ਼ ਵਾਲਾ ਤੇ ਚਲੋ ਵੀ ਬਾਰਿਸ਼ ਛਮ 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 ਬਾਰਿਸ਼ ਹੋ ਜਾਣੀ ਹੈ ਤੇ ਅਸੀਂ ਫੇਰ ਅਕੀ ਕਹਿੰਦੇ ਨੇ ਆਪਾਂ ਆਪਣਾ ਕੰਮ ਅੰਦਰ ਸ਼ੁਰੂ ਕਰਦੇ ਰਵਾਂਗੇ ਤੇ ਫਿਰ ਤੁਹਾਡਾ ਮਿਲਨੀ ਆ ਅੱਲਾਹ ਕਰੇ ਅੱਲਾਹ ਪਾਕ ਤੁਹਾਡੀ ਸਾਰੀਆਂ ਦਿਲੀ ਮਰਜ਼ਾ ਪੂਰੀਆਂ ਕਰੇ ਹੋਏ ਅੱਲਾਹ ਸਭ ਉਸਮਾਨ ਨੂੰ ਤੇ ਪੋਲ ਲਿਗਾ ਹੀ ਉਸਮਾਨ ਦੀ ਜਾਨ ਹੀ ਨਹੀਂ ਛੱਡਣੀ ਦਿਓ ਇੱਕ ਮਿੰਟ ਮੈਨੂੰ ਦੇ ਦਿਓ ਉਸਮਾਨ ਨੂੰ ਇਹ ਕਹਿ ਦੇਵਾ ਉਸਮਾਨ ਨੇ ਲਿਖਿਆ ਕਿ ਭਈ ਜਿਹੜੇ ਕਮੈਂਟ ਉਸਮਾਨ ਕੀਤੇ ਕਿ ਮੇਰੀ ਜਿਹੜੀ ਸ਼ਾਦੀ ਹੋਈ ਸੀ ਨਾ ਉਹ ਕੀ ਕਹਿੰਦੇ ਨੇ ਮੈਨੂੰ ਘਰ ਹੀ ਤਿਆਰ ਕਰ ਦਿੱਤਾ ਸੀ ਤੇ ਇੱਕ ਉਪਟਣ ਲੈ ਕੇ ਦੇ ਦਿੱਤਾ ਸੀ ਮੈਨੂੰ ਕਿ ਉਹ ਮਲ ਮਲ ਕੁੜੀਏ ਰੋਜ਼ ਮਾਲ ਲਿਆ ਕਰ ਤੇ ਤੇਰੀ ਸੋਹਣੀ ਤੁ ਸ਼ਾਦੀ ਵਾਲੇ ਦਿਨ ਲੱਗੇਗੀ ਕਹਿੰਦੀ ਉਹ ਮਾਲਦੀ ਰਹੀ ਤੇ ਉਸ ਕੁੜੀਆਂ ਨੇ ਸੇਲੀਆਂ ਨੇ ਦੁਲਨ ਬਣਾਤਾ ਦਾ ਸੀ ਦੁਲਨ ਬਾਣਗੇ ਤੇ ਗੱਲ ਵਾਕਈ ਠੀਕ ਹੈ ਉਹ ਜ਼ਬਾਨੇ ਚ ਉਪਟਣ ਜਾਂ ਬੜਿਆ ਬਨਾਇਆ ਲੈ ਕੇ ਆਂਦਾ ਸੀ ਜਾਂ ਫਿਰ ਘਰ ਵਿੱਚ ਵਟਣਾ ਕਹਿੰਦੇ ਸਨ ਉਹਨੂੰ ਉਹ ਵਟਣਾ ਬਣਾ ਲਿਆ ਜਾਂਦਾ ਸੀ ਉਹ ਹਲਦੀ ਪੈਂਦੀ ਸੀ ਆਟਾ ਉਸ਼ਿਆ ਸਿਰ ਚੀਜ਼ਾਂ ਪਾ ਕੇ ਔਰਤਾਂ ਘਾਰ ਹੀ ਬਣਾਉਂਦੀਆਂ ਸੰਸ ਦੇ ਤੇਰੀ ਉਹ ਦੁਲਨ ਨੂੰ ਫੜਾ ਦੇਣਾ ਤੇ ਛੇਲੀਆਂ ਨੂੰ ਕਿਨਾਲ ਬੈਠੀਆਂ ਤੇ ਉਹਦੇ ਹੱਥਾਂ ਦੇ ਮਲ ਰਹੀਆਂ ਪੈਣਾ ਤੇ ਮੂੰਹ ਤੇ ਮਲ ਲੋ ਤੇ ਵਟਣਾ ਫਿਰ ਬੰਦ ਲਿਆ ਜਾਂਦੀਆਂ ਸੰਤ ਚਲੋ ਵੀ ਥੋੜਾ ਬਤ ਰੂਪ ਆ ਜਾਂਦਾ ਸੀ ਕਹਿੰਦੇ ਸਹ ਕੁੜੀ ਜਿੰਨਾ ਸਾਦੀ ਰਹੇਗੀ ਜਿੰਨੇ ਸੱਤ ਦਿਨ ਆਏਗੀ ਨਹੀਂ ਮੂੰਹ ਨਹੀਂ ਤੋਏਗੀ ਕੰਗੀ ਨਹੀਂ ਵਾਏਗੀ ਕੁਛ ਨਹੀਂ ਕਰੇਗੀ ਬਸ ਉਹ ਇੱਕ ਪਾਸੇ ਬਹਿ ਜਾਏਗੀ ਉਹ ਕੋਸ਼ਿਸ਼ ਨਹੀਂ ਕਰੇਗੀ ਕੁਛ ਕਰਨ ਦੀ ਤੇ ਨਾ ਉਹਦੇ ਹੱਥ ਕੰਗੀ ਨਜ਼ਰ ਆਵੇ ਨਾ ਕੁਛ ਆਵੇ ਜਿੰਨੀ ਤਰੱਕੀ ਹੋ ਨਜ਼ਰ ਆਏਗੀ ਨਾ ਉਹਨੇ ਸ਼ਾਦੀ ਵਾਲਦੇ ਨੂੰ ਤੇ ਰੂਪ ਆਣਾ ਜੇ ਤੇ ਡਰਾਂਦੀਆਂ ਸਨ ਫਿਰ ਜਿਹੜੀਆਂ ਵੱਡੀਆਂ ਸਿਆਣੀਆਂ ਕਿ ਵੀ ਤੇ ਰੂਪ ਨਹੀਂ ਆਣਾ ਜੇ ਤੂੰ ਮੂੰਹ ਤੋਤਾ ਤੇ ਰੂਪ ਨਾ ਕੁੜੀਆਂ ਵਿਚਾਰੀਆਂ ਡਰਦੇ ਮਾਰੇ ਮਾਨ ਨਾਲ ਮੂੰਹ ਨਹੀਂ ਤੋਹਦੀਆਂ ਸਨ ਕਿ ਜੇ ਸੱਤ ਰੂਪ ਨਾ ਆਇਆ ਤਾਂ ਫਾਇਦਾ ਕੀ ਹੋ ਗਜ ਵਿਆਹ ਦਾ ਫਿਰ ਉਹ ਕੀ ਕਹਿੰਦੇ ਨੇ ਵਿਚਾਰੀਆਂ ਉਹ ਸ਼ਾਦੀ ਵਾਲਦੇ ਦੇ ਫਿਰ ਉਹਨੇ ਤੇ ਆ ਜਾਂਦਾ ਹੁੰਦਾ ਸੀ ਰੂਪ ਤੇ ਇੱਕ ਹੋਰ ਗੱਲ ਵੱਡੀਆਂ ਕਹਿਦੀਆਂ ਵੀ ਆਸਾਂ ਜੂਆ ਸਿਰ ਤੋਂ ਮੁਕਾ ਲਵੋ ਜੂਆ ਨਕਾਈਆਂ ਗਈਆਂ ਨਾ ਇਹ ਕਦੀ ਤੁਹਾਡੇ ਸਿਰ 'ਚ ਜੋ ਮੁੱਕਣੀ ਨਹੀਂ ਹੈ ਉਹ ਵੀ ਇੱਕ ਤਮਕੀ ਹੁੰਦੀ ਸੀ ਬੜੀ ਕਿ ਜੂ ਸਿਰ ਚ ਮੁਕਾਓ ਨਕਾਹ ਚ ਆ ਗਈ ਜੋਂ ਤਾਂ ਵੇ ਫਿਰ ਟਾੜੀ ਨਹੀਂ ਮੁਕੜੀ ਉਹ ਇੰਨਾ ਖਤਰਨਾਕ ਹਥਿਆਰ ਹੁੰਦਾ ਸੀ ਕਿ ਹਰ ਕੁੜੀ ਸਿਰ ਚ ਮਾਰ ਮਾਰ ਕੇ ਕੰਗੀਆਂ ਆਪਣੀ ਜੂਆ ਕਢਦੀ ਹੁੰਦੀ ਸੀ ਕਿ ਸਾਡੇ ਨਕਾਹ ਚ ਆ ਗਈਆਂ ਤੇ ਇਹਦੇ ਸਾਰੀ ਜ਼ਿੰਦਗੀ ਸਾਡਾ ਪਿੱਛਾ ਨਹੀਂ ਛੱਡਣਾ ਕਿਵੇਂ ਸਾਦੇ ਜ਼ਮਾਨੇ ਸਨ ਅਸੀਂ ਉਹਨਾਂ ਗੱਲਾਂ ਵਿੱਚ ਆ ਵੀ ਜਾਣੇ ਹੁੰਦੇ ਸਾਂ ਕਿ ਅਸੀਂ ਕਹਿੰਦੇ ਹਾਂ ਵੀ ਠੀਕ ਐ ਮੁਕਾਓ ਜੂਆ ਸਿਰ ਵਿੱਚੋਂ ਤੇ ਉਹ ਫਿਰ ਨਕਾਹ ਦੇ ਬਹਾਨੇ ਚ ਜੂਆ ਵੀ ਫੁੱਕ ਜਾਂਦੀ ਹੁੰਦੀ ਸੀ ਸਿਰ ਸਾਫ਼ ਹੋ ਜਾਂਦੇ ਹੁੰਦੇ ਸਨ ਤੇ ਚਲੋ ਵੀ ਮੇਰੀਆਂ ਤੇ ਗੱਲਾਂ ਨਹੀਂ ਮੁੱਕੜੀਆਂ ਮਾਨ ਨਾਲ ਬੜੀਆਂ ਲੰਬੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਮੈਨੂੰ ਚੰਗਾ ਲੱਗਦਾ ਓਏ ਤੁਹਾਡਾ ਸਾਥ ਮੈਨੂੰ ਇਸਾ ਲੱਗਦਾ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਸ਼ਮਾ ਵੀ ਮੇਰੇ ਸਾਹਮਣੇ ਬੈਠੀ ਹੈ ਉਸਮਾ ਮੇਰੇ ਸਾਹਮਣੇ ਬੈਠੀ ਹੈ ਸ਼ੀਲ ਮੇਰੇ ਸਾਹਮਣੇ ਬੈਠੀ ਹੈ ਸ਼ਬੀਰ ਹਸਨ ਸਾਹਿਬ ਇਧਰ ਸੋਫੇ ਤੇ ਬੈਠੇ ਨੇ ਤੇ ਮੈਨੂੰ ਸਾਰੇ ਤੁਸੀਂ ਨਜ਼ਰ ਆਉਂਦੇ ਹੋ ਨਾ ਤੇ ਮੈਨੂੰ ਬੜਾ ਚੰਗਾ ਲੱਗਦਾ ਵੇ ਤੇ ਚਲੋ ਫਿਰ ਠੀਕ ਹੈ ਫਿਰ ਮਿਲਦੇ ਆ ਇੱਕ ਨਵੀਂ ਗੱਲ ਦੇ ਨਾਲ ਨਵੀਂ ਯਾਰਦ ਦੇ ਨਾਲ ਉਦੋਂ ਤੱਕ ਅੱਲਾ ਹਾਫਿਜ਼ ਤੇ ਰੱਬ ਰੱਖਾ